ਅਪਾਰ ਕਿਰਪਾ ਹੈ ਜਿਹੜੇ ਨਗਰ ਦੇ ਉਹ ਧਰਤੀ ਦਾ ਤੁਹਾਡੇ ਸਾਹਮਣੇ ਕੁਲਦੀਪ ਸਿੰਘ ਕੀਪਾ ਕਬੱਡੀ ਪਾ ਰਿਹਾ ਹੈ ਉਰਲੇ ਪਾਸੇ ਰਾਮਸਰ ਧਨੌਲੇ ਦੀ ਧਰਤੀ ਦੇ ਜਿਹੜੀ ਧਰਤੀ ਦੇ ਕਾਲੇ ਨੇ ਮਾਖੇੜ ਕਬੱਡੀ ਦੇ ਵਿੱਚ ਪੂਰੀ ਬੱਲੇ ਬੱਲੇ ਕਰਵਾ ਰੱਖੀ ਹੈ ਲਸੋਈ ਦੇ ਕਬੱਡੀ ਕੱਪ ਤੇ 14 ਤਰੀਕ ਨੂੰ ਫਾਈਨਲ ਮੈਚ ਦੇ ਵਿੱਚ ਦਿੜਪੇ ਵਰਲਡ ਬਾਲ ਨਹੀਂ ਖੇਡਿਆ ਜਦੋਂ ਫਾਈਨਲ ਮੈਚ ਦੀ ਪਹਿਲੀ ਕਬੱਡੀ ਪਈ ਤਾਂ 15,000 ਰੁਪਇਆ ਪਹਿਲੀ ਕਬੱਡੀ ਤੇ ਲੱਗਿਆ ਉਹ ਪਹਿਲੀ ਕਬੱਡੀ ਕਾਲੇ ਧਨੌਲੇ ਵਾਲੇ ਦੇ ਹਿੱਸੇ ਆਈ 15 ਸਕਿੰਟਾਂ ਚ ਕਾਲੇ ਧਨੌਲੇ ਵਾਲੇ ਨੇ ਅਲਸੋਈ ਦੇ ਕਬੱਡੀ ਕੱਪ ਤੇ ਬਾਈ ਕਾਕੇ ਦੇ ਪਿੰਡੋਂ ਮੇਰੇ ਵੀਰੋ 14 ਤਰੀਕ ਨੂੰ 15,000 ਰੁਪਇਆ 15 ਸਕਿੰਟਾਂ ਚ ਕਮਾਇਆ ਉਹ ਧਰਤੀ ਦਾ ਬੱਬਰ ਸ਼ੇਰ ਸਿੱਖ ਸਰਦਾਰ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਦਾਰਾ ਪਟਿਆਲੇ ਦੇ ਮਹਾਰਾਜਾ ਰਣਜੀਤ ਸਿੰਘ ਕਬੱਡੀ ਕੱਪ ਦੇ ਗੁਰਦਾਸਪੁਰ ਅਕੈਡਮੀ ਲਈ ਖੇਡਿਆ ਤਾਂ ਜਦੋਂ ਇਹ ਬੱਬਰ ਸ਼ੇਰ ਨੇ ਘਾਹ ਦੇ ਗਰਾਊਂਡ ਤੇ ਜੱਫੇ ਲਾਏ ਤਾਂ ਦਰਸ਼ਕਾਂ ਨੇ ਪੁੱਛਿਆ ਕਿ ਸੰਧੂਆ ਇਹ ਮੁੰਡਾ ਕਿਹੜੇ ਪਿੰਡ ਦਾ ਮੈਂ ਆਖਿਆ ਕਿ ਮੁੰਡਾ ਮੇਰੇ ਏਰੀਏ ਦਾ ਘਨੌਰੀ ਪਿੰਡ ਦਾ ਦਾਰ ਹੈ ਮਾਰ ਦੋ ਤਾੜੀ ਮੁੰਡੇ ਦੇ ਨਾਂ ਤੇ ਅੱਜ ਕੱਲ੍ਹ ਸਟਾਰ ਜਾਫੀ ਬਣਿਆ ਹੋਇਆ ਆਪਣੇ ਏਰੀਏ ਦਾ ਮਾਣ ਕਿਹੜੀ ਗੱਲੋਂ ਘੱਟ ਹੈ ਇਹ ਵੀ ਬੱਬਰ ਸ਼ੇਰ ਆਉਣ ਵਾਲੇ ਦਿਨਾਂ ਦੇ ਸਟਾਰ ਬਣੂਗਾ ਲਓ ਤੱਕਦੇ ਵੀ ਅਗਲੀ ਕਬੱਡੀ ਇਸ ਸਮੇਂ ਕਰਮਜੀਤ ਸਿੰਘ ਧਨੌਰੀ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਸਾਡੇ ਪ੍ਰੋਫੈਸਰ ਸੋਹਣ ਦੀ ਬਚੁਗ ਨੂੰ ਉਹਨਾਂ ਵੱਲੋਂ ਸਾਡੇ ਲਈ ਵਿਸ਼ੇਸ਼ ਤੌਰ ਤੇ 200 ਰੁਪਏ ਦੇ ਮਾਣ ਪੁੱਜੇ ਨੇ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੂੰ ਆਖਦੇ ਹਾਂ ਕਰਮਜੀਤ ਸਵਰਨਿਆ ਕਬੱਡੀ ਪਾ ਰਿਹਾ ਇੱਕ ਪਾਸੇ ਰਾਮਸਰ ਧਨੌਲੇ ਦਾ ਬੱਬਰ ਸ਼ੇਰ ਹਾਂਜੀ ਸੰਧੂ ਸਾਹਿਬ ਜੀ ਕਾਕਾ ਬਵਾਲ ਜੀ ਦਾ ਫੋਨ ਆਇਆ ਹੈ 4 ਤੇ 5 ਤਰੀਕ ਬਮਾਲ ਦੇ ਟੂਰਨਾਮੈਂਟ ਦੀ ਅਨਾਉਂਸ ਕਰ ਦਿਓ ਜੀ ਖੁੱਲੇ ਸਤੇ ਨੇ ਸਾਰੇ ਦਰਸ਼ਕ ਵੀਰਾਂ ਤੇ ਖਿਡਾਰੀ ਵੀਰਾਂ ਨੂੰ 4 ਤੇ 5 ਅਪ੍ਰੈਲ ਜਿਹੜਾ ਬਮਾਲ ਦੇ ਟੂਰਨਾਮੈਂਟ ਦਾ ਆ ਲੱਕੀ ਜੇ ਪੋਸਟਰ ਨਹੀਂ ਛਪੇ ਉਹਨਾਂ ਦੇ ਤਾਂ ਆਪਾਂ ਕਾਕੇ ਨਾਲ ਗੱਲ ਕਰਕੇ ਇੱਕ ਦਿਨ ਇਧਰ ਉਧਰ ਕਰਵਾ ਲਾਂਗੇ ਕਿਉਂਕਿ 4 ਤੇ 5 ਤਰੀਕ ਨੂੰ ਈਸੀ ਦੀ ਧਰਤੀ ਤੇ 71,000 ਤੇ 51,000 ਦੇ ਨਾਮ ਵਾਸ਼ਿੰਗ ਮਸ਼ੀਨਾਂ ਨੇ ਬੈਟਰੇਟਰ ਬੈਠ ਜਾਫੀਆਂ ਨੂੰ ਜੇ ਪੋਰਟਰ ਛਪ ਕੇ ਹੋਏ ਫਿਰ ਚੱਲਣ ਲਾਂਗੇ ਕਾਕੇ ਬਮਾਲ ਹੋਰਾਂ ਵੱਲੋਂ ਸੱਦੇ ਨੇ ਮੇਰੇ ਵੀਰੋ ਸਾਰੇ ਖਿਡਾਰੀਆਂ ਨੂੰ ਤੇ ਉਸ ਦਿਨ ਈਸੀ ਦੀ ਧਰਤੀ ਤੇ ਵੀ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੋ ਨੋਟ ਕਰਿਓ ਮੁਕਾਬਲਾ ਸਮਾਪਤ ਹੋ ਗਿਆ ਘਨੌਰੀ ਕਲਾਂ ਦੀ ਟੀਮ ਇਸ ਮੁਕਾਬਲੇ ਦੇ ਵਿੱਚੋਂ ਜੇਤੂ ਰਹੀ ਹੈ ਸਾਡਾ ਗੁਰਮੀਤ ਬਮਾਲ ਵਾਲਾ ਸਾਡੀ ਜ਼ਿੰਦਗੀ ਦਾ ਮਾਣ ਹੈ ਵਿਸ਼ੇਸ਼ ਤੌਰ ਤੇ ਉਸ ਵੀਰ ਦੇ ਵੱਲੋਂ ਸੱਦਿਆ ਬਾਬਾ ਜੋਗੀ ਪੀਰ ਘਨੌਰੀ ਕਲਾਂ ਦੀ ਟੀਮ ਇਸ ਮੈਚ ਦੀ ਜੇਤੂ ਆ ਅਗਲਾ ਮੈਚ ਭਗਤਾ ਭਾਈ ਤੇ ਸ਼ੀਨੀ ਵਾਲ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਭਗਤੇ ਭਾਈ ਦੀ ਟੀਮ ਜਿਹੜੀ ਖੇਡ ਮੈਦਾਨ ਵਿੱਚ ਪੁੱਜ ਗਈ ਆ ਰਮਨ ਭਗਤੇ ਵਾਲਾ ਮੇਰੀ ਵੀ ਆਪਣੀ ਟੀਮ ਨੂੰ ਲੈ ਕੇ ਪੁੱਜੇ ਆ ਤੇ ਨਾਲ ਬੇਨਤੀ ਹੈ ਸ਼ੀਨੀ ਵਾਲ ਕਲਾਂ ਦੇ ਖਿਡਾਰੀ ਉਹ ਵੀ ਜਲਦੀ ਖੇਡ ਮੈਦਾਨ ਵਿੱਚ ਪੁੱਜ ਜਾਣ ਸ਼ੀਨੀ ਵਾਲ ਕਲਾਂ ਉਸ ਤੋਂ ਬਾਅਦ ਸ਼ੇਰੋ ਤੇ ਧਨੌਲਾ ਇਹਨਾਂ ਟੀਮਾਂ ਦੇ ਦਰਮਿਆਨ ਜਿਹੜਾ ਲਾਸਟ ਮੈਚ ਖੇਡਿਆ ਜਾਣਾ ਕਬੱਡੀ ਓਪਨ ਦਾ ਉਹ ਟੀਮਾਂ ਵੀ ਨੇੜੇ ਰਹਿਣਗੀਆਂ ਸ਼ੇਰੋਂ ਤੇ ਧਨੌਲੇ ਦੇ ਖਿਡਾਰੀ ਜਿਹੜੇ ਉਹ ਵੀ ਗਰਾਊਂਡ ਦੇ ਲਾਗੇ ਆ ਜੋ ਸ਼ੀਨੀ ਮਲ ਕਲਾਂ ਤੇ ਭਗਤੇ ਭਾਈਕੇ ਦਾ ਇਹ ਮੁਕਾਬਲਾ ਤੁਹਾਡੇ ਸਾਹਮਣੇ ਜਿਹੜਾ ਖੇਡਿਆ ਜਾਣਾ ਹੈ ਕੇਵਲ ਭਗਤੇ ਭਾਈਕਿਆਂ ਵਾਲਾ ਅੱਜ ਵਿਸ਼ੇਸ਼ ਤੌਰ ਤੇ ਗਰਾਊਂਡ ਦੇ ਵਿੱਚ ਪੁੱਜਿਆ ਕੀਪੇ ਵਰਗੇ ਦੁਨੀਆਂ ਦੇ ਮਹਾਨ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਪੁੱਜ ਗਏ ਨੇ ਦਰਸ਼ਕ ਕਹਿੰਦੇ ਕਿ ਸੈਮੀ ਫਾਈਨਲ ਕੀ ਹੋਇਆ ਸੀ ਲਸੋਈ ਦਾ ਆ ਲਸੋਈ ਦਾ ਸੈਮੀ ਫਾਈਨਲ ਗੁਰਚਰੀ ਸਿੰਘ ਨਾਲ ਲੱਗਿਆ ਹਰਿਆਣੇ ਦੀ ਧਨੌਰੀ ਦਾ ਗੁਰਜਰੀ ਸਿੰਘ ਦੇ ਵਿੱਚ ਵੀ ਦੁਨੀਆਂ ਦੇ ਸਟਾਰ ਖਿਡਾਰੀ ਖੇਡੇ ਤੇ ਹਰਿਆਣੇ ਦੀ ਟੀਮ ਦੇ ਵੀ ਸਟਾਰ ਖਿਡਾਰੀ ਖੇਡੇ ਪਰ ਸੈਮੀ ਫਾਈਨਲ ਹਰਿਆਣੇ ਦੇ ਧਨੌਰੀ ਵਾਲੇ ਕਾਲੇ ਹੋਰਾਂ ਨੇ ਜਾਂਡਲੀ ਵਾਲੇ ਕਾਲੇ ਹੋਰਾਂ ਨੇ ਗੁਰਜਰੀ ਸਿੰਘ ਨੂੰ ਹਰਾਇਆ ਸੱਚ ਵੇਖਾਂਗੇ ਧਰਤੀ ਦੇ ਵੱਖਰਾ ਜਿਹਾ ਪੇੜ ਕਿੱਦਾਂ ਦਾ ਹੋਣਾ ਉਹ ਟਾਈਮ ਦੱਸੂਗਾ ਉਹ ਬਗਦੇ ਤੋਂ ਰਾਮਣੂਰੀ ਭਗਤੇ ਭਾਈਕਿਆਂ ਵਾਲੇ ਤੇ ਨਾਲੇ ਗੋਪੀ ਚੰਨਣ ਵਾਲੀਆ ਕੇਵਲ ਵਰਗੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹੈ ਦੋਨੋਂ ਟੀਮਾਂ ਤਕੜੀਆਂ ਦੋਨੋਂ ਟੀਮਾਂ ਦੇ ਵਿੱਚ ਮੈਚ ਜਿਹੜਾ ਤਕੜਾ ਖੇਡਿਆ ਜਾਣਾ ਠਾਠਾ ਮਾਰਦਾ ਸਾਡੇ ਰੱਬ ਵਰਗੇ ਦਰਸ਼ਕਾਂ ਦਾ ਇਕੱਠ ਹੈ ਬਾਲਟੀ ਲੈ ਆਓ ਜੀ ਹੁਣ ਫਿਰ ਜਿਹੜਾ ਕਦੇ ਡਰਾ ਕਰਨਾ ਹੈ ਪ੍ਰਧਾਨ ਸਾਹਿਬ ਕਹਿੰਦੇ ਹੈ ਸਕੂਟਰ ਦਾ ਡਰਾ ਜਿਹੜਾ ਰਾਤ ਨੂੰ 12:30 ਵਜੇ ਕੱਢਿਆ ਜਾਊਗਾ ਇਹ ਨੋਟ ਕਰ ਲਓ ਜੀ ਪ੍ਰਧਾਨ ਸਾਹਿਬ ਸੰਪਰਕ ਕਰਿਓ ਸਾਡੇ ਨਾਲ ਆ ਕੇ ਕੇਵਲ ਪ੍ਰਧਾਨ ਕਿੱਥੇ ਹੈ ਤੇ ਦੂਜੇ ਪਾਸੇ ਤੱਕ ਰਹੇ ਹਾਂ ਕਿਉਂਕਿ ਸਾਨੂੰ ਪ੍ਰਧਾਨ ਜੀ ਦੇ ਹੁਕਮ ਹੋਏ ਨੇ ਕਿ ਦਰਸ਼ਕ ਜਿਹੜੇ ਆਏ ਹੋਏ ਨੇ ਕਿ ਡਰਾ ਹੁਣ ਕਰਵਾ ਦਿਓ ਇੱਕ ਗੇੜਾ ਲਾ ਲਓ ਇੱਕ ਗੇੜਾ ਲਾ ਲਓ ਮੈਨੂੰ ਕੀ ਅੱਧੀ ਰਾਤ ਨੂੰ ਕੱਢ ਦਿਓ ਹਾਂ ਮੈਨੂੰ ਨਹੀਂ ਮੈਨੂੰ ਕੁਛ ਨਹੀਂ ਆਪਾਂ ਨਾ ਪਰਚੀ ਪਾਈ ਹੈ ਨਾ ਪਾਉਣੀ ਹੈ ਇਹ ਦਰਸ਼ਕਾਂ ਦੀ ਮੰਗ ਹੁੰਦੀ ਹੈ ਜੇ ਸੰਧੂ ਸਾਹਿਬ ਮੈਨੂੰ ਨਿਕਲਿਆ 12 ਵਜੇ ਦੇ ਵਿੱਚ ਤੇਲ ਨਾ ਹੋਇਆ ਫਿਰ ਮੈਂ ਕਿਵੇਂ ਲੈ ਕੇ ਜਾਊਂ ਰਾਹ 'ਚ ਵੇਚ ਦੀ ਕਿਸੇ ਨੂੰ ਵਾਹ ਜੀ ਵਾਹ ਭਗਤਾ ਭਾਈ ਤੇ ਸ਼ੀਨੀ ਵਾਲ ਕਲਾਂ ਇਹ ਮੈਚ ਖੇਡਿਆ ਜਾਣਾ ਲਾਸਟ ਸੈਕਿੰਡ ਮੈਚ ਆ ਪਹਿਲੇ ਰਾਊਂਡ ਦਾ ਜਿਹੜਾ ਕਬੱਡੀ ਓਪਨ ਦਾ
ਤੇ ਨਾਲੇ ਸ਼ੇਰੋ ਤੇ ਧਨੌਲੇ ਦੀਆਂ ਟੀਮਾਂ ਨੂੰ ਵੀ ਆਖਰੀ ਸੱਦਾ ਉਹ ਟੀਮਾਂ ਵੀ ਬਿਲਕੁਲ ਤਿਆਰ ਰਹਿਣਗੀਆਂ ਸ਼ੇਰੋ ਤੇ ਧਨੌਲਾ ਉਸ ਤੋਂ ਬਾਅਦ ਅਗਲੀਆਂ ਟਾਈਆਂ ਪਾ ਦਿੱਤੀਆਂ ਜਾਣ ਮੇਰੀ ਬੇਨਤੀ ਹੈ ਬਈ ਕੁਲਦੀਪ ਸਿੰਘ ਜੀ ਕੁੱਕੀ ਖਜ਼ਾਨਾ ਮੰਤਰੀ ਆ ਜਾਓ ਸਾਡਾ ਬੂਟਾ ਮਹਿਲਾ ਵਾਲਾ ਸਾਡਾ ਕੁੱਕੀ ਖਜ਼ਾਨਾ ਮੰਤਰੀ ਜਿੱਥੇ ਵੀ ਸਾਡੀ ਬਾਤ ਸੁਣਦੇ ਨੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਸਮਾਓ ਆ ਗਏ ਲਓ ਜੀ ਸਾਈਡਾਂ ਨੋਟ ਕਰ ਲਓ ਸਮੈਚ ਦੀਆਂ ਭਗਤੇ ਭਾਈ ਕਹਿੰਦੀ ਟੀਮ ਜਿਹੜੀ ਮੇਰੇ ਸੱਜੇ ਹੱਥ ਪਿੰਡ ਵਾਲੀ ਸਾਈਡ ਆ ਤੇ ਦੂਸਰੇ ਬੰਨੇ ਜਿਹੜੇ ਖਿਡਾਰੀ ਆ ਸ਼ੀਨੀ ਵਾਲ ਕਲਾਂ ਦੇ ਹੈ ਇਸ ਮੈਚ ਦੀ ਪਹਿਲੀ ਕਬੱਡੀ ਸਮਾਦ ਭਾਈ ਦਾ ਕਹਿੰਦੇ ਵੀ ਗੁਰਪਿੰਦਾ ਮੇਰੇ ਵੀਰੋ ਇਸ ਮੈਚ ਦੀ ਪਹਿਲੀ ਕਬੱਡੀ ਪਾਉਂਦਾ ਹੋਇਆ ਕਿ ਖੇਡਦਾ ਕਬੱਡੀ ਅਜੇ ਪਹਿਲੀ ਰੇਡ ਪਾਈ ਹੋਵੇ ਯੱਫਾ ਪੈਂਦਾ ਵੇਖ ਤਾੜੀ ਲੋਕਾਂ ਨੇ ਵਜਾਈ ਹੋਵੇ ਇੱਕ ਜ਼ੋਰ ਨਾਲ ਪਹਿਲਾ ਡੇਢ ਅੰਕ ਲੈ ਕੇ ਥਾਪੀ ਮਾਰ ਜਦੋਂ ਲਾਈਨ ਉੱਤੇ ਖੜਦਾ ਬਈ ਫੇਰ ਦਿਲ ਗੱਭਰੂਦਾ ਕਹਿੰਦੇ ਉੜਜੂ ਉੜਜੂ ਕਰਦਾ ਫੇਰ ਦਿਲ ਗੱਭਰੂਦਾ ਪਰ ਪਹਿਲਾਂ ਹੀ ਯੱਫਾ ਲੱਗਿਆ ਇਸ ਵੇ ਅੰਕ ਜਿਹੜਾ ਸ਼ੀਨੀ ਵਾਲ ਕਲਾਂ ਦੀ ਟੀਮ ਦੇ ਹਿੱਸੇ ਹੀ ਜੁੜਦਾ ਹੋਇਆ ਉਧਰੋਂ ਸੋਨੀ ਹੈ ਕੁਣਸ ਦੀ ਧਰਤੀ ਦਾ ਮੇਰੇ ਵੀਰੋ ਕਹਿੰਦੇ ਵੀ ਸੰਤ ਬਲਵੀਰ ਸਿੰਘ ਜੀ ਕੁਣਸ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਮੇਰੇ ਵੀਰੋ ਉਹਨਾਂ ਦਾ ਪੇਂਡੂ ਖਿਡਾਰੀ ਇਸ ਵੇ ਕਬੱਡੀ ਪਾਉਂਦਾ ਤੇ ਉਧਰ ਦੇਖਦੇ ਆ ਭਗਤੇ ਭਾਈ ਦੇ ਕੇਬਲ ਨੇ ਟਰਾਈ ਕੀਤੀ ਆ ਪਰ ਅੰਕ ਤਾਵੀਆਂ ਦੇ ਹਿੱਸੇ ਸਰ ਨੇ ਜਿਹੜੀਆਂ ਅਗਲੀਆਂ ਟਾਈਆਂ ਪੈ ਚੁੱਕੀਆਂ ਨੇ ਕਪਿਆਲ ਤੇ ਮਟੋਡੇ ਦਾ ਪਹਿਲਾ ਮੈਚ ਖੇਡਿਆ ਜਾਣਾ ਝਨੇੜੀ ਤੇ ਬਾਦਸ਼ਾਹਪੁਰ ਦਾ ਦੂਜਾ ਭਾਈ ਰੂਪਾ ਤੇ ਕੱਕੜਵਾਲ ਦਾ ਕਾਲੀਆ ਤੇ ਦੁਗਾਲ ਦਾ ਦਿੜਬੇ ਤੇ ਘਨੌਰ ਦਾ ਜੰਗੀਆਣਾ ਤੇ ਗਾਜੀਆਣੇ ਦਾ ਬੈਰੋਗੇ ਤੇ ਕਾਲੋਗੇ ਦਾ ਬੀਲਾ ਤੇ ਕੱਟੂ ਵਾਲੀਆਂ ਕਾਂਜਲਾ ਤੇ ਧਨੌਲਾ ਮੰਡੀ ਸੰਘੇੜਾ ਤੇ ਦੁਗਾਲ ਬਾਬਾ ਵਿੱਕੀ ਸ਼ਾਹ ਜਨਾਲ ਤੇ ਕਨੌਰੀ ਕਲਾਂ ਗਾਗੇਵਾਲ ਦਾ ਜਿਹੜੀ ਇਹਨਾਂ ਦੇ ਵਿੱਚੋਂ ਜਿੱਤੂਗੀ ਸ਼ੇਰੋਂ ਤੇ ਧਨੌਲੇ ਚੋਂ ਜਿਹੜੀ ਜਿੱਤੂਗੀ ਉਹਨੂੰ ਬਾਈ ਹੈ ਇਹ ਨੋਟ ਕਰ ਲਿਓ ਵਾਜਵਾ ਪਹਿਲਾ ਮੈਚ ਮਟੋੜਾ ਤੇ ਕਪਿਆਲ ਤਲੇਰ ਤਲੇਰ ਦਿੜਬੇ ਨਾਲ ਪੈ ਗਿਆ ਪਹਿਲੇ ਖੰਡਾ ਖੜਕ ਗਿਆ ਦੂਜੇ ਰਾਊਂਡ ਦਾ ਦਿੜਬੇ ਨਾਲ ਤਲੇਰ ਦਾ ਮੈਚ ਪੈ ਗਿਆ ਲੈ ਵੀ ਸਮਰਨਿਆ ਫਿਰ ਦਰਸ਼ਕਾਂ ਨੂੰ ਦੱਸਦੇ ਕਿਹੜਾ ਕੁੱਕੀ ਨੇ ਟਾਂਗਾ ਪਾਈਆਂ ਨੇ ਸਾਡੇ ਨੇ ਖਜ਼ਾਨਾ ਮੰਤਰੀ ਨੇ ਤਲੇਰ ਕਲਾਂ ਦਾ ਦਿੜਬੇ ਨਾਲ ਖੰਡਾ ਪਹਿਲੇ ਖੜਕ ਗਿਆ ਅਮਰਿੰਦਰ ਪਰਮਾਨ ਹੋਰਾਂ ਦਾ ਜਿਹੜੀ ਟੀਮ ਫਾਈਨਲ ਮੁਕਾਬਲਿਆਂ ਦੀ ਲੜਨ ਵਾਲੀ ਟੀਮ ਹੈ ਮੇਰੇ ਵੀਰੋ ਵੇਖਾਂਗੇ ਤੇ ਦੂਜੇ ਪਾਸੇ ਬਾਖੇੜ ਮਟੋਡਾ ਤੇ ਕਪਿਆਲੇ ਟੀਮਾਂ ਜਿਹੜੀਆਂ ਸੈਕਿੰਡ ਰਾਊਂਡ ਦਾ ਫਸਟ ਮੈਚ ਖੇਡਿਆ ਜਾਵੇਗਾ ਬਿਲਕੁਲ ਤਿਆਰ ਰਹਿਣਗੀਆਂ ਤੇ ਨਾਲੇ ਸ਼ੇਰੋ ਤੇ ਧਨੌਲਾ ਇਹ ਟੀਮਾਂ ਵੀ ਗਰਾਊਂਡ ਦੇ ਨੇੜੇ ਆ ਜਾਣ ਸ਼ੇਰੋ ਤੇ ਧਨੌਲਾ ਗੁਰਪਿੰਦਾ ਸਮਾਦ ਭਾਈ ਦੀ ਧਰਤੀ ਦਾ ਮੇਰੇ ਵੀਰੋ ਇਸ ਸਮੇਂ ਦੇਖਦੇ ਅਗਲੀ ਕਬੱਡੀ ਪਾਉਂਦਾ ਹੋਇਆ ਉਧਰ ਸਾਡਾ ਵੀਰ ਪ੍ਰਦੀਪ ਢਿੱਲੋਂ ਕਨੇਡਾ ਤੇ ਬਲਕਾਰ ਢਿੱਲੋਂ ਕਨੇਡਾ ਮੇਰੇ ਵੀਰੋ ਵੀ ਲਾਈਵ ਤੱਕਦੇ ਜਿਨ੍ਹਾਂ ਨੇ ਸੰਧੂ ਭਰਾਵਾਂ ਦੇ ਲੱਡੇ ਦੇ ਕਬੱਡੀ ਕੱਪ ਤੇ ਵਾਸ਼ਿੰਗ ਮਸ਼ੀਨਾਂ ਦੇ ਨਾਲ ਮਾਣ ਕੀਤੇ ਤੇ ਨਾਲ ਸਾਡਾ ਵੀਰ ਲਾਡੀ ਬਾਕਸ ਨਿਊਜ਼ੀਲੈਂਡ ਵਾਲਾ ਉਹ ਵੀ ਲਾਈਵ ਤੱਕਦਾ ਹੋਇਆ ਧੰਨਵਾਦ ਹੈ ਸਾਡੇ ਵੀਰ ਦਾ ਉਧਰ ਦੇਖਦੇ ਵੀ ਇਸ ਸਮੇਂ ਨੌਜਵਾਨ ਕੁਣਸ ਦੀ ਧਰਤੀ ਦਾ ਸੋਨੀ ਮੇਰੇ ਵੀਰੋ ਸ਼ੀਨੀ ਵਾਲ ਕਲਾਂ ਦੀ ਟੀਮ ਦੇ ਵਾਸਤੇ ਕਬੱਡੀ ਪਾਉਂਦਾ ਹੈ ਉਧਰ ਪੀਤਾ ਭਗਤੇ ਭਾਈ ਕਹਿੰਦੀ ਧਰਤੀ ਦਾ ਮੇਰੇ ਵੀਰੋ ਵਲੀ ਖਿਡਾਰੀ ਆ ਸੁਪਰ ਖਿਡਾਰੀ ਆ ਦੋਨੋਂ ਕਿਲੇ ਵੀ ਸਟਾਰ ਆ ਪਰ ਇੱਧਰ ਪੀਤਾ ਭਗਤੇ ਵਾਲਾ ਸ਼ਾਨਦਾਰ ਜੱਫਾ ਲਾਉਂਦਾ ਹੋਇਆ ਸ਼ਾਨਦਾਰ ਜੱਫਾ ਲਾਉਂਦਾ ਹੋਇਆ ਇੱਧਰ ਜਸਵੀਰ ਫੌਜੀ ਵੀ ਲੱਖ ਲੱਖ ਦੇ ਫੈਸਲੇ ਕਰਦਾ ਹੋਇਆ ਸਾਡਾ ਵੀਰ ਧੰਨਵਾਦ ਹੈ ਉਧਰੋਂ ਅਗਲੀ ਕਬੱਡੀ ਤਾਰੀ ਕਹਿੰਦੇ ਵੀ ਕਲਿਆਣ ਸੁੱਖਾ ਪਿੰਡ ਹੈ ਇਸ ਖਿਡਾਰੀ ਦਾ ਸ਼ਾਂਤਵਾ ਸਰੀਰ ਹੈ ਦੇਖਾਂਗੇ ਗੱਲ ਕੀ ਹੋਣੀ ਆ ਬੜਾ ਫਰਤੀਲਾ ਕਿ ਚੁਸਤ ਚਲਾਕੀ ਗੁੰਡਾਗਰਦੀ ਤਿੰਨੋ ਕੰਮ ਹੁਸ਼ਿਆਰੀ ਦੇ ਬਈ ਦੂਰੋਂ ਦੂਰੋਂ ਚੱਲ ਕੇ ਆ ਗਏ ਆਸ਼ਕ ਖੇਡ ਪਿਆਰੀ ਦੇ ਦੂਰੋਂ ਦੂਰੋਂ ਚੱਲ ਕੇ ਆ ਗਏ ਆਸ਼ਕ ਖੇਡ ਪਿਆਰੀ ਦੇ ਜਿੰਨੀਆਂ ਵੀ ਸੰਗਤਾਂ ਪੁੱਜੀਆਂ ਇਸ ਦਾਇਰੇ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਦਾ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੰਧੂ ਭਰਾਵਾਂ ਵੱਲੋਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਮੇਰੇ ਵੀਰ ਸਿਰ ਮੱਥੇ ਆ ਤੁਸੀਂ ਧਰਤੀ ਤੇ ਠੇਡਾ ਮਾਰਦੇ ਧੂੜ ਉੱਡਦੀ ਹੈ ਉਸੇ ਧੂੜ ਚੋਂ ਨਾ ਬਣਦਾ ਸੰਧੂ ਭਰਾ ਤੁਹਾਡੇ ਚਰਨਾਂ ਦੀ ਧੂੜ ਆ ਲਾ ਵੇਖਦੇ ਆ ਇਸ ਸਮੇਂ ਸ਼ੀਰਾ ਕਬੱਡੀ ਪਾਉਂਦਾ ਹੋਇਆ ਉੱਧਰ ਰਮਨ
ਭਗਤੇ ਦੀ ਧਰਤੀ ਦਾ ਕਿਲੇ ਵੀ ਟੌਪ ਦੇ ਯਾਫੀਆਂ ਵਿੱਚ ਨਾ ਆਇਆ ਨਹੀਂ ਰੱਖ ਸਕੇ ਹੈ ਅੰਕ ਜਿਹੜਾ ਐਸ ਮੈਂ ਸ਼ੀਰਾ ਸ਼ਿੰਨੀਵਾਲ ਕਲਾਂ ਦੀ ਟੀਮ ਦੇ ਵਾਸਤੇ ਜੋੜਦਾ ਹੈ ਗੁਰਪਿੰਦਾ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਅੱਗੇ ਵੱਲ ਵਧਦਾ ਪਿਆ ਉੜੂ ਉੜੂ ਕਰਦੀ ਜਵਾਨੀ ਹੈ ਧਰੇ ਹੋਏ ਪੋਲੇ ਪੋਲੇ ਪਾਬਾ ਇੱਕ ਪਾਸੇ ਗੋਪੀ ਵਰਗੇ ਖੜੇ ਨੇ ਮਾਂ ਖੇਡ ਕਬੱਡੀ ਦੇ ਮਹਾਨ ਖਿਡਾਰੀ ਆ ਕਹਿੰਦੇ ਨੇ ਚੰਨਣਵਾਲ ਦੀ ਧਰਤੀ ਦਾ ਗੋਪੀ ਹੈ ਪਰ ਅੰਕੜਾ ਗੁਰਪਿੰਦੇ ਨੇ ਆਪਣੀ ਟੀਮ ਨੇ ਜੋੜਿਆ ਅਗਲੀਆਂ ਟੀਮਾਂ ਸ਼ੇਰੋਂ ਤੇ ਧਨੌਲਾ ਇਹ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਓ ਸ਼ੇਰੋਂ ਤੇ ਧਨੌਲਾ ਉਸ ਤੋਂ ਬਾਅਦ 65 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਤੇ ਨਾਲ ਬੱਗੇ ਦਾ ਪਾਸੋਮਲ ਦਾ ਆ ਰਾਉਂਡ ਤੋਂ ਬਾਅਦ ਸਵਾਨਿਆ ਸਨਮਾਨ ਕੀਤਾ ਜਾਣਾ ਇੱਕ ਮੈਚ ਬਾਕੀ ਹੈ ਉਸ ਤੋਂ ਬਾਅਦ ਬੱਗੇ ਪਾਸੋ ਦਾ ਮੋਟਰਸਾਈਕਲ ਨਾਲ ਵਾਹ ਜੀ ਵਾਹ ਬੱਗੇ ਪਾਸੋ ਵਾਲੇ ਦਾ ਪਾਸੋ ਦਾ ਕਹਿੰਦੇ ਵੀ ਸੁਪਰ ਸਟਾਰ ਖਿਡਾਰੀ ਆ 65 ਕਿਲੋ ਭਾਰ ਦਾ ਸਾਡੀਆਂ ਸੰਧੂ ਭਰਾਵਾਂ ਦੀਆਂ ਅੱਖਾਂ ਦੇ ਸਾਹਮਣੇ ਤਕਰੀਬਨ ਡੇਲੀ ਵਾਂਗੂ ਮੈਚ ਖੇਡਦਾ ਹੈ ਸ਼ਾਇਦ ਹੀ ਕਦੇ ਹਰਿਆਵੇ ਮੇਰੀ ਵੀਰੋ ਟੀਮ ਕਦੇ ਫਸਟ ਹੁੰਦੀ ਆ ਕਦੇ ਸੈਕਿੰਡ ਹੁੰਦੀ ਹੈ ਭੁੱਲ ਰੇੜੀ ਵਾਲੇ ਕਰਮਜੀਤ ਪ੍ਰਧਾਨ ਨੇ ਮਾਣ ਕੀਤਾ ਉਸ ਗੱਭਰੂ ਦੀ ਗੇਮ ਤੇ ਕਾਲੇ ਭੁੱਲ ਰੇੜੀ ਵਾਲੇ ਨੇ ਖਜ਼ਾਨਾ ਮੰਤਰੀ ਨੇ ਮਾਣ ਕੀਤਾ ਹੈ ਆਪਣੀ ਟੀਮ ਦੇ ਲਈ ਖਿਲਾਇਆ ਕਹਿੰਦੇ ਵੀ ਟੌਪ ਦਾ ਖਿਡਾਰੀ ਆ ਅੱਜ ਬਾਲੀਆਂ ਕਲੱਬ ਦੇ ਵੱਲੋਂ ਸੰਤ ਬਾਬਾ ਸੁੰਦਰ ਦਾਸ ਸਪੋਰਟਸ ਕਲੱਬ ਦੇ ਵੱਲੋਂ ਸਪਲੈਂਡਰ ਮੋਟਰਸਾਈਕਲ ਦਾ ਸਨਮਾਨ ਕੀਤਾ ਜਾਣਾ ਉਧਰੋਂ ਵੇਖਾਂਗੇ ਬਈ ਬਾ ਕੀ ਗੱਲ ਹੁੰਦੀ ਆ ਇਹ ਆ ਤਾਰੀ ਸੁੱਖੇ ਕਲਿਆਣ ਪਿੰਡ ਦਾ ਹੈ ਮੇਰੇ ਵੀਰੋ ਸ਼ਾਂਤ ਰੈਂਕ ਦਾ ਵਾਧਾ ਆਪਣੀ ਟੀਮ ਦੇ ਲਈ ਕਰ ਗਏ ਉਧਰੋਂ ਸ਼ੀਰਾ ਇੱਕ ਪਿੱਥੋਂ ਵਾਲਾ ਸ਼ੀਰਾ ਜਿਹੜੇ ਵੀ ਖੇਡ ਰਿਹਾ ਇਸ ਪਵਿੱਤਰ ਧਰਤੀ ਦੇ ਦੁਨੀਆਂ ਦਾ ਸੁਪਰ ਸਟਾਰ ਆ ਦੁਨੀਆਂ ਦਾ ਸੁਪਰ ਸਟਾਰ ਆ ਤੇ ਕਾ ਸ਼ੀਰਾ ਇਸ ਸਮੇਂ ਸ਼ਿੰਨੀਵਾਲ ਦੀ ਟੀਮ ਦੇ ਕਬੱਡੀਆਂ ਪਾ ਰਹੇ ਹੈ ਉਧਰੋਂ ਦੇਖਦੇ ਵੀ ਇਸ ਸਮੇਂ ਕੀਤੀ ਹੋਈ ਨੌਜਵਾਨ ਦੀ ਕੋਸ਼ਿਸ਼ ਹੈ ਭਗਤੇ ਭਾਈ ਕਹਿੰਦੀ ਧਰਤੀ ਦਾ ਗੱਭਰੂ ਹੈ ਕਰਦਾ ਕੋਸ਼ਿਸ਼ ਆ ਗੱਲ ਦੇਖਾਂਗੇ ਕੀ ਹੋਣੀ ਆ ਕਿ ਅੰਕ ਜਿਹੜਾ ਇਸ ਸਮੇਂ ਭਗਤ ਵਾਲੀ ਟੀਮ ਦੇ ਵਾਸਤੇ ਜੁੜਦਾ ਹੋਇਆ ਚੱਲ ਵੀ ਗੁਰਪਿੰਦੇ ਹੈ ਤਾਂ ਨੌਜਵਾਨਾਂ ਫਿਰ ਅਗਲੀ ਕਬੱਡੀ ਸ਼ੇਰੋ ਤੇ ਧਨੌਲੇ ਦੀਆਂ ਟੀਮਾਂ ਨੂੰ ਬਿਲਕੁਲ ਲਾਸਟ ਸੱਦਾ ਜਲਦੀ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ ਸ਼ੇਰੋ ਤੇ ਧਨੌਲਾ ਗੁਰਪਿੰਦਾ ਸਮਾਧ ਭਾਈ ਵਾਲਾ ਕਬੱਡੀ ਪਾਉਂਦਾ ਹੈ ਉਧਰ ਚੰਨਣਵਾਲ ਦੀ ਧਰਤੀ ਦਾ ਗੋਪੀ ਹੈ ਕਹਿੰਦੇ ਰੈਸਰੀਏ ਰਾਜੇ ਦੇ ਨਾਲ ਜੋੜੀ ਪ੍ਰਸਿੱਧ ਰਹੀ ਹੈ ਗੱਭਰੂ ਦੀ ਲੈ ਵੀ ਗੋਪੀ ਕਰ ਫਿਰ ਕੋਈ ਕਮਾਲ ਨੌਜਵਾਨਾਂ ਇਹ ਹੈ ਮੇਰੇ ਵੀਰੋ ਗੋਪੀ ਚੰਨਣਵਾਲ ਦੀ ਧਰਤੀ ਦਾ ਕੋਸ਼ਿਸ਼ ਕਰਦਾ ਹੋਇਆ ਪਰ ਗੁਰਪਿੰਦਾ ਕਹਿੰਦੇ ਵੀ ਇਸ ਸਮੇਂ ਇੱਕ ਅੰਕ ਦਾ ਹੋਰ ਵਾਧਾ ਆਪਣੀ ਟੀਮ ਲਈ ਕਰ ਗਏ ਚੱਲ ਵੀ ਸੋਨੀ ਘੁਣਸਾ ਵਾਲਿਆ ਪਾ ਨੌਜਵਾਨਾਂ ਕਬੱਡੀ ਕਹਿੰਦੇ ਵੀ ਸਨੇਤ ਤੇ ਸੋਨੀ ਦਾ ਨਾਂ ਚੱਲਿਆ ਟੋਰਾਂਟੋ ਦੇ ਵਰਲਡ ਕਬੱਡੀ ਕੱਪਾਂ ਨਾ ਕਰੇ ਵੀ ਦੋ ਵਾਰ ਦਾ ਵੈਸਟ ਜਾਫੀ ਰਿਹਾ ਤੇ ਕਾ ਸੋਨੀ ਹੈ ਤੇ ਉੱਧਰ ਰਮਨ ਭਗਤੇ ਵਾਲਾ ਜੱਫਾ ਲਾ ਗਿਆ ਮੈਚ ਸਮਾਪਤ ਹੈ ਭਗਤਾ ਭਾਈ ਕਹਿੰਦੀ ਜਿਹੜੀ ਟੀਮ ਜੇਤੂ ਅਜੀ ਇਸ ਮੈਚ ਦੀ ਸ਼ੇਰੋਂ ਦੀ ਟੀਮ ਜਿਹੜੀ ਪੁੱਜ ਗਈ ਆ ਧਨੌਲਾ ਧਨੌਲੇ ਦੇ ਖਿਡਾਰੀ ਜਲਦੀ ਖੇਡ ਮੈਦਾਨ ਵਿੱਚ ਆ ਜਾਣ ਬਈ ਧਨੌਲੇ ਦੇ ਖਿਡਾਰੀ ਅਗਲੀਆਂ ਦੋਨੋਂ ਟੀਮਾਂ ਜਿਹੜੀਆਂ ਧਨੌਲਾ ਤੇ ਸ਼ੇਰੋਂ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਉਸ ਤੋਂ ਬਾਅਦ ਬੱਗੇ ਫਾਸ਼ੋਂ ਵਾਲੇ ਨੂੰ ਜਿਹੜਾ ਮੋਟਰਸਾਈਕਲ ਦਿੱਤਾ ਜਾਣਾ ਦਿਲਬਰ ਝਨੇਰ ਗਰਾਊਂਡ ਦੇ ਵਿੱਚ ਪੁੱਜੇ ਸੁਲਤਾਨ ਸਮਸਪੁਰੀਆ ਤੇ ਨਾਲੇ ਪ੍ਰੀਤਮ ਬਲਮਾਨ ਸਮਸਪੁਰ ਜਿਹਨਾਂ ਦੇ ਹੱਥੋਂ ਜਿਹੜੀਆਂ ਇਹ ਚਾਬੀਆਂ ਮੋਟਰਸਾਈਕਲ ਦੀਆਂ ਬੱਗੇ ਫਾਸ਼ੋਂ ਵਾਲੇ ਨੂੰ ਫੜਾਈਆਂ ਜਾਣੀਆਂ ਹਾਂਜੀ ਬੇਨਤੀ ਹੈ ਧਨੌਲੇ ਦੇ ਖਿਡਾਰੀ ਜਲਦੀ ਖੇਡ ਮੈਦਾਨ ਵਿੱਚ ਆ ਜਾਣ ਨਾਲੇ 65 ਕਿਲੋ ਭਾਰ ਦੀਆਂ ਟੀਮਾਂ ਜਿਹੜਾ ਫਾਈਨਲ ਮੈਚ ਖੇਡਿਆ ਜਾਣਾ 65 ਕਿਲੋ ਭਾਰ ਦਾ ਉਹ ਟੀਮਾਂ ਵੀ ਗਰਾਊਂਡ ਦੇ ਨੇੜੇ ਰਹਿਣਗੀਆਂ ਧਨੌਲਾ ਦੇ ਖਿਡਾਰੀ ਜਲਦੀ ਆ ਜਾਓ ਭਾਈ ਧਨੌਲਾ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਧਨੌਲਾ ਧਨੌਲੇ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਓ ਅੱਧੇ ਮਿੰਟ ਦਾ ਸਮਾਂ ਹੈ ਚਾਬੀ ਮੋਟਰਸਾਈਕਲ ਦੀ ਲੈ ਆਓ ਜੀ ਹੁਣ ਬੱਗੇ ਪਾਸੋਂ ਨੂੰ ਜਿਹੜਾ ਮੋਟਰਸਾਈਕਲ ਦਿੱਤਾ ਜਾਣਾ ਹੈ ਜੋ ਬੁਰੇੜੀ ਦੀ ਟੀਮ ਦੇ ਲਈ ਪੱਕਾ ਖੇਡਦਾ ਬੱਗਾ ਪਾਸੋਂ ਨੂੰ ਮੋਟਰਸਾਈਕਲ ਦੇ ਨਾਲ ਜਿਹੜੇ ਸਨਮਾਨ ਕੀਤੇ ਜਾਣੇ ਆ ਜਿਹਨਾਂ ਕੋਲੇ ਚਾਬੀ ਆ ਧਨੌਲੇ ਵਾਲਿਓ ਧਨੌਲਾ
हाँ जी तनौले की टीम बेनती है भी ग्राउंड के नेड़े जल्दी पहुंचाए ग्राउंड के बीच ही आवे क्योंकि मैच खेड़ा जाना तनौला उधर पासो की जी बगे की टीम पहुंच गई है बगा पासो वाला प्रीतम पलवान जी ने कहने भी चंडिया है ये पट्ठा है धन्यवाद करते हैं बड़े मान सम्मान किए जाने इस खिलाड़ी के क्योंकि 65 किलो भार का रुस्तम खिलाड़ी है बगा पासो वाला झाड़ो वाला रेफरी आ गया जसवीर इनू लगता सी उधर तनौले के खिलाड़ियों को बेनती भी जल्दी आ जाओ तनौले की टीम के खिलाड़ी उधर पम्मी धन्यवाद जिया साढ़े वीर का पुजे जिया स्वर ने कट दो जो तनौला नहीं आती अगला मैच 65 किलो का सद रहे हो हाँ जी 65 किलो टीम आ जाओ मोटरसाइकिल दिता जाना बगे पासो नु सुल्तान भी बैठा है भाई वाह सुल्तान दे पिता जी का चंडिया गभरू है बगा पासो वाले का सम्मान किया जाना केवल सिंह जी प्रधान सारी टीम आ जेड़े वीर को स्पलेंडर मोटरसाइकिल की चाबी आ चाबी लेके पुज जाए बगे पासो का जरा स्पलेंडर मोटरसाइकिल के सम्मान किया जाना केवल प्रधान जी सर्कल प्रधान है यूथ अकाली दल मीत प्रधान गुरी भाई नवदीप सिंह जी जनरल सकत्र जसविंदर सिंह जी नाले गगन भाई कुलदीप सिंह जी खजाना मंत्री तजेंद्र पाल सिंह जी खजाना मंत्री प्रेस सकत्र भाई अमरीक नाले गुरपाल जी मुख्य सलाहकार हरबंस सिंह जी सहायक सलाहकार बलबीर सिंह नाले साडा भी रणजीत बलजिंदर जीत सिंह जगपाल भाई सारे आ जाण पासो कड़ी टीम है वो तुहाडे नाल बगे पोलरेड़ी ते सजूमा पोलरेड़ी ते सजूमा दी टीमां ने दोनों जल्दी आ जाओ भी कदा तुहाडा मैच अनाउंस कीता पोलरेड़ी ते सजूमा दे खिडारी जिहड़े 65 किलो दे छेदी ग्राउंड दे विच आ जाओ पोलरेड़ी ते सजूमा पोलरेड़ी ते सजूमा आ टीम आ गया सजूमा ते पोलरेड़ी चलो ग्राउंड च मैच है थोड़ा सजूमिया के नाल मैच है पुलरेड़ी का उस तो पहला सलमान तुसी ग्राउंड तक चलो कि उधर दिलबर झनेर नूं बेनती भी टीम जिहड़ी पुलरेड़ी टीम के कोच ने दिलबर झनेर वह ग्राउंड में आ जा दिलबर झनेर जी ते नाले प्रीतम बलमान समसपुर वाले सुल्तान समसपुरिया साडा वीर आज भी सजूमिया की टीम आ गई है शेरों जेतू है जाओ तलाले नूं कट दिता गया पहला सन्मान करा माइक वाले चाबी लैन गया मोटरसाइकिल की मुंडा जी के कोल चाबी आ सन्मान किया जाना बगे पासो ना उस तो बाद 65 किलो भार का फाइनल मैच खेडा जाएगा ते नाले कबड्डी ओपन का पहला मैच दूजे राउंड का मटोड़ा ते कपियाल वो टीम भी ग्राउंड के नेड़े रहणगियां तनौले वालों आखिरी सदा तनौले की टीम बिल्कुल आखिरी शेरों वाले ग्राउंड च रहो तनौले वालों बिल्कुल आखिरी सदा तनौले की टीम सत सुजूमा पलवेड़ी आदम फटाफट जिन्हें वीर को चाबी मोटरसाइकिल दगे पासो वाले मोटरसाइकिल देना सो शेरो जेतू करार दे दो जी स्वर्ण तनौले की टीम कट दी गई है बस ठीक है जी संधु साहब शेरो जेतू करार है शेरो जेतू है जी नोट करे नाले बेनती आ बूटे भाई दसो कि ने अगले राउंड कमे ने पर्ची बना के लिया उधर धन्यवाद भाई प्रदीप टहणा जी हैप्पी सिद्धू सेलवरा कबड्डी 365.com के जरिए इस कबड्डी कप नूं दुनिया भर नाल जोड़दे है सो धूरे वाला गुरी ग्राउंड जावे परमवीर कोले चाबी है मोटरसाइकिल जिहड़ा बग्गे पास नूं देना है
परमवीर जिथे भी साड़ी बात सुनता है चाबी लेके आवे परमवीर परमवीर को चाबी है जेड़ा मोटरसाइकिल बगे पास सुन देना कृपा करके चाबी लेके आवे परमवीर सो धूरे वाला गुरी भी काला बुला रहे है सारे केड़ी टीम है रेडी नाल सजूमा जी कपियाल मठोड़ का पहला मैच खेडा जाना कबड्डी ओपन का दूजे राउंड का झलेड़ी से बादशाहपुर भाई रूपा से ककड़वाल कालिया से जुगाल दड़बा से कहेरू जंगियाणा से गाजियाणा बैरोंके से कालोंके बीला से कट्टू वालिया कांजला से तनौला मंडी संघेड़ा से जुगाल बाबा विकी शकल बजनाल से कनौरी कला गागेवाल से शेरों ਲੇਅਰ ਦੀ ਟੀਮ ਜਿਹੜੀ ਵਾਈ ਦੇ ਵਿੱਚ ਹੈ ਇਹ ਸਾਰੀਆਂ ਟੀਮਾਂ ਨੋਟ ਕਰਨਗੀਆਂ ਪਹਿਲਾ ਮੈਚ ਦੁਬਾਰਾ ਫੇਰ ਸਾਰੀਆਂ ਟੀਮਾਂ ਨੋਟ ਕਰ ਲਓ ਸੈਕਿੰਡ ਰਾਊਂਡ ਦਾ ਕਪਿਆਲ ਤੇ ਮਟੋੜਾ ਦੂਜਾ ਝਲੇੜੀ ਤੇ ਬਾਦਸ਼ਾਹਪੁਰ ਤੀਜਾ ਭਾਈ ਰੂਪਾ ਤੇ ਕੱਕੜਵਾਲ ਚੌਥਾ ਕਾਲੀਆ ਤੇ ਦੁਗਾਲ ਪੰਜਵਾਂ ਦੜਬਾ ਮੰਡੀ ਤੇ ਕਹਿਰੂ ਛੇਵਾਂ ਮੈਚ ਜੰਗੀਆਣਾ ਤੇ ਗਾਜੀਆਣਾ ਸੱਤਵਾਂ ਬੈਰੋਕੇ ਤੇ ਕਾਲੋਕੇ ਅੱਠਵਾਂ ਬੀਲਾ ਤੇ ਕੱਟੂ ਵਾਲੀਆਂ ਨੌਵਾਂ ਕਾਂਜਲਾ ਤੇ ਤਨੌਲਾ ਮੰਡੀ ਦਸਵਾਂ ਮੈਚ ਸੰਘੇੜਾ ਤੇ ਜੁਗਾਲ ਗਿਆਰਵਾਂ ਮੈਚ ਬਾਬਾ ਵਿੱਕੀ ਸ਼ਕਲ ਬਜਨਾਲ ਤੇ ਕਨੌਰੀ ਕਲਾਂ ਬਾਰਵਾਂ ਮੈਚ ਗਾਗੇਵਾਲ ਤੇ ਸ਼ੇਰੋਂ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਧਲੇਰ ਦੀ ਟੀਮ ਨੂੰ ਜਿਹੜੀ ਵਾਈ ਆ ਸਾਰੀਆਂ ਟੀਮਾਂ ਨੋਟ ਕਰਿਓ ਜੀ ਆ ਕਿਹੜੀ ਟੀਮ ਗਰਾਊਂਡ 'ਤੇ ਇਸ ਵਾਰ ਰਿਹਾ ਪੁੱਲ ਰੇੜੀ ਆ ਗਈ ਬਈ ਆ ਗਈ ਤਾਂ ਸਜੂਮਿਆਂ ਵਾਲੇ ਜਲਦੀ ਆ ਜਾਓ ਆਲੇ ਚਾਬੀਆਂ ਲਿਓ ਜੀ ਬੱਗੇ ਨੂੰ ਮੋਟਰਸਾਈਕਲ ਦੇਣਾ ਆ ਗਈ ਚਾਬੀ ਖਿਡਾਰੀ ਵੀ ਦਿਓ ਵਾਜਵਾ ਗੁਰੀ ਝੱਲ ਵਾਲਾ ਕਬੱਡੀ ਵਾਈਫਾਈ ਪੇਜ ਤੋਂ ਸਾਡਾ ਵੀਰ ਪੁੱਜਿਆ ਹੈ ਅਪਡੇਟ ਕਰ ਰਿਹਾ ਵਾਲੀਆਂ ਦੇ ਇਸ ਕਬੱਡੀ ਕੱਪ ਦੀ ਸਜੂਮਾ ਦੀ ਟੀਮ ਨੂੰ ਆਖਰੀ ਸੱਦਾ ਵੀ ਨਾਲ ਬੇਨਤੀ ਆ ਕਪਿਆਲ ਤੇ ਮਟੋਡਾ ਇਹ ਟੀਮਾਂ ਵੀ ਗਰਾਊਂਡ ਵਿੱਚ ਆ ਜਾਣ ਕਪਿਆਲ ਤੇ ਮਟੋਡਾ ਕਪਿਆਲ ਤੇ ਮਟੋਡਾ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਓ ਕਪਿਆਲ ਤੇ ਮਟੋਡਾ ਕਪਿਆਲ ਤੇ ਮਟੋਡਾ ਕਬੱਡੀ ਓਪਨ ਦਾ ਦੂਜੇ ਰਾਊਂਡ ਦਾ ਪਹਿਲਾ ਮੈਚ ਹੈ ਕਪਿਆਲ ਤੇ ਮਟੋਡਾ ਸਜੂਮਾ ਦੇ ਖਿਡਾਰੀ ਆ ਜਾਓ ਵੀ ਕਿੱਥੇ ਆ ਸਜੂਮਾ ਸੱਤ ਸਜੂਮਾ ਦੇ ਖਿਡਾਰੀ ਜਲਦੀ ਗਰਾਊਂਡ ਦੇ ਵਿੱਚ ਆਓ ਬਈ ਬਾਲੀ ਹੋਰਾਂ ਨੂੰ ਬੇਨਤੀ ਹੈ ਵੀ ਜਲਦੀ ਪਹੁੰਚੋ ਗਰਾਊਂਡ ਦੇ ਵਿੱਚ ਸਵਰਨ ਹੋਰਾਂ ਨੂੰ ਸੱਤ ਸਜੂਮਾ ਵਾਲਿਆਂ ਨੂੰ ਸਾਡੇ ਕੇਵਲ ਪ੍ਰਧਾਨ ਜੀ ਗਰਾਊਂਡ ਦੇ ਵਿੱਚ ਆਉਣ ਸਾਡੇ ਸਰਕਲ ਪ੍ਰਧਾਨ ਨੇ ਯੂਥ ਅਕਾਲੀ ਦਲ ਬਾਦਲ ਦੇ ਉਹਨਾਂ ਨੂੰ ਬੇਨਤੀ ਹੈ ਕਿ ਬੱਗੇ ਪਾਸੋਂ ਵਾਲੇ ਨੂੰ ਮੋਟਰਸਾਈਕਲ ਜਿਹੜਾ ਸਨਮਾਨ ਕਰਨਾ ਦਿਲਬਰ ਝਨੇਰ ਵਾਲਾ ਗਰਾਊਂਡ ਦੇ ਵਿੱਚ ਆਵੇ ਆਪ ਉਹ ਆ ਗਏ ਪ੍ਰੀਤਮਾਨ ਸਬਸਪੁਰ ਵਾਲੇ ਸੁਲਤਾਨ ਉਹ ਸਾਹਮਣੇ ਸਿੱਖਿਆ ਸੁਲਤਾਨ ਹੋਰਾਂ ਕੋਲੋਂ ਦਾਬੇ ਸਿੱਖਿਆ ਉਹਦਾ ਅੱਜ ਵਿਸ਼ੇਸ਼ ਤੌਰ ਤੇ ਆ ਮੋਟਰ ਪਰਮਾਨ ਜੀ ਆਓ ਜੀ ਪ੍ਰੀਤਮ ਪਰਮਾਨ ਜੀ ਤੁਸੀਂ ਵੀ ਗਰਾਊਂਡ ਦੇ ਵਿੱਚ ਆਓ ਸੱਤ ਸਜੂਮਾ ਦੀ ਟੀਮ ਨੂੰ ਬੇਨਤੀ ਵੀ ਜਲਦੀ ਖੇਡ ਮੈਦਾਨ ਵਿੱਚ ਪੁੱਜੇ ਸੱਤ ਸਜੂਮਾ ਕਪਿਆਲ ਤੇ ਮਟੋਡਾ ਉਹ ਟੀਮਾਂ ਵੀ ਜਲਦੀ ਖੇਡ ਮੈਦਾਨ ਵਿੱਚ ਆਉਣ ਬਈ ਕਪਿਆਲ ਤੇ ਮਟੋਡਾ ਨਾਲੇ ਝਨੇੜੀ ਤੇ ਬਾਦਸ਼ਾਹਪੁਰ ਭਾਈ ਰੂਪਾ ਤੇ ਕੱਕੜਵਾਲ ਚੱਲ ਕਾਲੇ ਬਾਈ ਗਰਾਊਂਡ 'ਚ ਦੋਨੋਂ ਟੀਮਾਂ ਆ ਗਈਆਂ ਦਰਸ਼ਕ ਵੀ ਦਿਓ ਤਾੜੀ ਮਾਰ ਦਿਓ ਜ਼ੋਰਦਾਰ ਆ ਜਿਹੜਾ ਬੱਗੇ ਪਾਸੋਂ ਵਾਲੇ ਨੂੰ ਸਾਹਮਣੇ ਮੋਟਰਸਾਈਕਲ ਦੇ ਨਾਲ ਹੀਰੋ ਕੰਪਨੀ ਦੇ ਸਪਲੈਂਡਰ ਮੋਟਰਸਾਈਕਲ ਨਾਲ ਜਿਹੜੇ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤੇ ਜਾ ਰਹੇ ਨੇ ਵੱਲੋਂ ਸਿੱਧ ਬਾਬਾ ਪੁੱਲਰ ਕਲੱਬ ਪੁੱਲਰੇੜੀ ਦੇ ਇਹ ਵਿਸ਼ੇਸ਼ ਸਨਮਾਨ ਨੇ ਜਿਹੜੇ ਸੁਲਤਾਨ ਮੋਟਰਸਾਈਕਲ ਦੇ ਉੱਪਰ ਬੈਠਾ ਹੈ ਬੱਗੇ ਨੂੰ ਪ੍ਰਧਾਨ ਕੇਵਲ ਸਿੰਘ ਜੀ ਚਾਬੀ ਫੜਾ ਰਹੇ ਨੇ ਤੇ ਨਾਲੇ ਗੁਰੀ ਬਾਈ ਸਾਡੇ ਮੀਤ ਪ੍ਰਧਾਨ ਨਵਦੀਪ ਬਾਈ ਸਾਡਾ ਬਾਈ ਜਸਵਿੰਦਰ ਫੌਜੀ ਜੀ ਗਗਨ ਬਾਈ ਕੁਲਦੀਪ ਖਜ਼ਾਨਾ ਮੰਤਰੀ ਤਜਿੰਦਰਪਾਲ ਖਜ਼ਾਨਾ ਮੰਤਰੀ ਅਮਰੀਕ ਬਾਈ ਗੁਰਪਾਲ ਬਾਈ ਮੁੱਖ ਸਲਾਹਕਾਰ ਸਾਡੇ ਰਵੰਸ ਬਾਈ ਬਲਵੀਰ ਬਾਈ ਰਣਜੀਤ ਬਾਈ ਬਲਜਿੰਦਰ ਬਾਈ ਤੇ ਬਾਈ ਜੀਤ ਬਾਈ ਜਗਪਾਲ ਰਾਜੂ ਬਾਈ ਦਲਵਿੰਦਰ ਬਾਈ ਜਗਦੀਪ ਬਾਈ ਗੱਗੀ ਬਾਈ ਤੇ ਨਾਲੇ ਜਗਰਾਜ ਬਾਈ ਗੁਰਪ੍ਰੀਤ ਬਾਈ ਆ ਗਗਨਦੀਪ ਮਨਜੀਤ ਤੇ ਪਰਮਵੀਰ ਤਾੜੀ ਮਾਰੋ ਜ਼ੋਰਦਾਰ ਸੁਲਤਾਨ ਨੇ ਮੋਟਰਸਾਈਕਲ ਤੇ ਕਿੱਕ ਮਾਰੀ ਹੈ ਤੇ ਬੱਗਾ ਪਾਸੋਂ ਵਾਲਾ
ਜਿਹੜਾ ਪੁੱਲ ਰੇਡ ਦੀ ਟੀਮ ਦੇ ਲਈ ਪੱਕਾ ਖੇਡਦਾ ਹੈ ਪਿੱਛੇ ਖੜਾ ਜਿਹੜੇ ਵੀਰ ਦਾ ਜ਼ੋਰਦਾਰ ਤਾੜੀਆਂ ਮਾਰ ਦੋ ਇਹ ਆਪਣੇ ਇਲਾਕੇ ਦਾ ਮਾਣ ਹੈ ਮੈਂ ਪਹਿਲਾਂ ਕਹਿਣਾ ਹੁੰਦਾ ਕਿ ਜੇ ਆਪਣੇ ਇਲਾਕੇ ਦੇ ਖਿਡਾਰੀਆਂ ਨੂੰ ਸੁਲਤਾਨ ਵਰਗੇ ਖਿਡਾਰੀਆਂ ਨੂੰ ਹੋਰ ਪੈਦਾ ਕਰਨਾ ਹੈ ਤਾਂ ਆਪਣੇ ਇਲਾਕੇ ਦੇ ਖਿਡਾਰੀਆਂ ਦਾ ਮਾਣ ਕਰਨਾ ਸਤਿਕਾਰ ਕਰਨਾ ਆਪਣਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਤਾੜੀ ਮਾਰੋ ਜ਼ੋਰਦਾਰ ਇਹ ਨੌਜਵਾਨ ਕਬੱਡੀ 65 ਕਿਲੋ ਦਾ ਕਬੱਡੀ 75 ਕਿਲੋ ਦਾ ਤੇ ਕਬੱਡੀ ਓਪਨ ਦੇ ਵਿੱਚ ਵੀ ਕਮਾਲ ਕਰ ਜਾਂਦਾ ਹੈ ਅੱਜ ਵਿਸ਼ੇਸ਼ ਤੌਰ ਤੇ ਸਾਡੇ ਪ੍ਰੀਤਮ ਪਲਮਾਨ ਸਮਸਪੁਰੀਏ ਨੇ ਇਹ ਬੱਬਰ ਸ਼ੇਰ ਨੂੰ ਛੋਟੇ ਹੁੰਦੇ ਨੂੰ ਕਬੱਡੀ ਦੇ ਦਾਅ ਪੇ ਸਿਖਾਇਆ ਸੁਲਤਾਨ ਉਹਨਾਂ ਦੇ ਨਾਲ ਖੇਡ ਖੇਡ ਕੇ ਭਾਵੇਂ ਪੰਜਵੀਂ ਕਬੱਡੀ ਦੇ ਵਿੱਚ ਅੱਜ ਬੱਲੇ ਬੱਲੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੌਜਵਾਨ ਨੇ ਕਬੱਡੀ ਓਪਨ ਦੇ ਵੱਲ ਵੀ ਅਕੈਡਮੀਆਂ ਦੇ ਵੱਲ ਵੀ ਤੇ ਉਧਰੋਂ ਸਾਡੇ ਭੋਲੂ ਕਾਂਜਲਾ ਕਬੱਡੀ ਖਿਡਾਰੀ ਉਹਨਾਂ ਦਾ ਤੇ ਗੁਰਵਿੰਦਰ ਮੱਲ ਕਬੱਡੀ ਖਿਡਾਰੀ ਉਹਨਾਂ ਦੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਜੈਕੀ ਭਾਈ ਟਾਈਆਂ ਵਾਲੇ ਟੇਬਲ ਤੇ ਆਵੇ ਨਵਦੀਪ ਵੀਰ ਟਾਈਆਂ ਵਾਲੇ ਟੇਬਲ ਤੇ ਆਇਓ ਇੱਧਰ ਮੁਕਾਬਲਾ ਸ਼ੁਰੂ ਕਰਵਾ ਦਿਓ ਜੀ 65 ਕਿਲੋ ਦਾ ਫੌਜੀ ਵੀਰ ਮਾਰੋ ਬਿਸਲਾ ਇਹਨਾਂ ਨੂੰ ਸੱਤ ਸੂਮਾਂ ਤੇ ਭੁੱਲ ਰੇੜੀ ਇਹਨਾਂ ਦਾ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਜਿੰਦਰਾਲ ਹਾਂਜੀ ਸ਼ੁਰੂ ਕਰਵਾ ਦਿਓ ਮੈਚ ਜਿੰਦਰਾਲ ਗਾੜੇ ਵਾਲਾ ਸੋ ਮੈਂ ਸ਼ੁਰੂ ਕਰਵਾ ਦਿਓ ਹਾਂਜੀ ਪਹਿਲਾ ਮੈਚ ਕਬੱਡੀ ਓਪਨ ਦਾ ਦੂਜੇ ਰਾਊਂਡ ਦਾ ਕਪਿਆਲ ਤੇ ਬਟੋੜਾ ਝਲੇੜੀ ਤੇ ਬਾਦਸ਼ਾਹਪੁਰ ਭਾਈ ਰੂਪਾ ਤੇ ਕੱਕੜਵਾਲ ਕਾਲੀਆ ਤੇ ਸੱਤੋ ਵੀ ਦਤਾਲ ਨਾਲੇ ਦਰਬਾ ਤੇ ਘੇਰੂ ਜੰਗੀਆਂ ਤੇ ਗਾਜੀਆਂ ਬੈਰੋ ਕਿਤੇ ਕਾਲੋ ਕੇ ਬੀਲਾ ਤੇ ਕੱਟੂ ਵਾਲੀਆਂ ਕਾਂਜਲਾ ਤੇ ਧਨੌਲਾ ਮੰਡੀ ਸੰਘੇੜਾ ਤੇ ਸਰੋਵਰ ਕਬੱਡੀ ਕਲੱਬ ਦਗਾਲ ਸਾਡੇ 12-13 ਦੇ ਨਾਲ ਮੈਚ ਖੇਡਿਆ ਜਾਣਾ ਹੈ ਲੈ ਵੀ ਦਰਸ਼ਕ ਵੀਰਿਓ ਸਾਡੇ ਬਾਈ ਸੁਖਵੰਤ ਮੱਲੀ ਆਸਟ੍ਰੇਲੀਆ ਤਿਹਾੜੀਆ ਪਰਿਵਾਰ ਸਾਡੇ ਵਿਸ਼ੇਸ਼ ਤੌਰ ਤੇ ਸਤਵੀਰ ਮੱਲੀ ਤੇ ਨਾਲੇ ਜਗਮੀਤ ਮੱਲੀ ਬਨਵੀਰ ਮੱਲੀ ਤੇ ਪ੍ਰਦੀਪ ਮੱਲੀ ਤੇ ਵੀਰਿੰਦਰ ਮੱਲੀ ਜਿਨ੍ਹਾਂ ਦੇ ਵੱਲੋਂ ਤਿਹਾੜੀਆ ਪਰਿਵਾਰ ਵੱਲੋਂ ਐਤਕੀ ਇੱਕ ਮੋਟਰਸਾਈਕਲ ਦਿੱਤਾ ਜਾ ਰਿਹਾ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਅਗਲੇ ਸਾਲ ਸਾਡਾ ਬਾਈ ਸੁਖਵੰਤ ਮੱਲੀ ਆਸਟ੍ਰੇਲੀਆ ਉਹਨਾਂ ਵੱਲੋਂ 2 ਵੋਟ ਦਿੱਤੇ ਜਾਣਗੇ ਤਾੜੀਆਂ ਮਾਰ ਦੋ ਜ਼ੋਰਦਾਰ 2 ਵੋਟ ਦਿੱਤੇ ਜਾਣਗੇ ਨਹੀਂ ਰਿਸਾ ਇਹ ਹੈ ਸਾਡੀ ਜ਼ਿੰਦਗੀ ਦਾ ਮਾਣ ਮੇਰੇ ਵੀਰੋ ਰੰਗਲੇ ਪੰਜਾਬ ਦਾ ਮਾਣ ਪੰਜਾਬੀਆਂ ਦਾ ਮਾਣ ਸਾਡਾ ਬਾਈ ਸੁਖਵੰਤ ਮੱਲੀ ਆਸਟ੍ਰੇਲੀਆ ਉਧਰ ਬੱਗੇ ਪਾਸੋਂ ਵਾਲੇ ਦਾ ਸਨਮਾਨ ਕੀਤਾ ਗਿਆ ਖਿਡਾਰੀ ਪੋਲਰੇਡ ਦੀ ਟੀਮ ਦੇ ਵਾਸਤੇ ਖੇਡਦਾ ਹੋਇਆ ਤੇ ਦੂਜੇ ਬੰਨੇ 7 ਸਜੂਮਾਂ ਦੀ ਟੀਮ ਹੈ ਫਾਈਨਲ ਮੈਚ ਹੈ 65 ਕਿਲੋ ਭਾਰ ਦਾ ਬਹੁਤ ਹੀ ਸ਼ਾਨਦਾਰ ਖੇਡਿਆ ਜਾ ਰਿਹਾ ਹੈ ਇੱਧਰ ਵੇਖਦੇ ਵੀ 7 ਸਜੂਮਿਆਂ ਦੇ ਵੱਲੋਂ ਗੁਰਵਿੰਦਰ ਸਿੰਘ ਇਸ ਮੈਚ ਦੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੈ ਤੇ ਉੱਧਰ ਦੇਖਾਂਗੇ ਬੱਗੇ ਦੀ ਟੀਮ ਦਾ ਖਿਡਾਰੀ ਸ਼ਾਨਦਾਰ ਜੱਫਾ ਲਾਉਂਦਾ ਖੇਡ ਮੈਦਾਨ ਵਿੱਚ ਮੇਰੇ ਵੀਰਿਓ ਉੱਧਰ ਕਾਲਾ ਪੁੱਲੜੀ ਵਾਲਾ ਕਹਿੰਦੇ ਵੀ ਹੱਲਾ ਸ਼ਰੀ ਦਿੰਦਾ ਆਪਣੇ ਸਾਥੀ ਖਿਡਾਰੀ ਨੂੰ ਸਾਡੇ ਬਈ ਰਾਮ ਖਰਾਣਾ ਉਹਨਾਂ ਵੱਲੋਂ 5100 ਰੁਪਇਆ ਕਲੱਬ ਦੇ ਲਈ ਵਿਸ਼ੇਸ਼ ਤੌਰ ਤੇ ਮਾਨ ਸਤਿਕਾਰ ਪੁੱਜੇ ਨੇ ਧੰਨਵਾਦ ਕਰਦੇ ਹਾਂ ਸਾਡੇ ਬਈ ਰਾਮ ਖਰਾਣਾ ਜੀ ਦਾ ਚੱਲ ਵੀ ਬੱਗੇ ਹੈ ਪਾਸੋਂ ਵਾਲਿਆ ਪਾ ਨੌਜਵਾਨਾਂ ਕਬੱਡੀ ਪਾਸੋਂ ਦੀ ਧਰਤੀ ਵੀ ਕਹਿੰਦੇ ਜਿੱਥੇ ਕਮਾਈਆਂ ਦੇ ਖੇਤਰ ਵਿੱਚ ਮਸ਼ਹੂਰ ਹੈ ਇੰਡਸਟਰੀ ਦੇ ਖੇਤਰ ਵਿੱਚ ਬੜੀ ਮਸ਼ਹੂਰ ਹੈ ਕਬੱਡੀ ਦੇ ਖੇਤਰ ਵਿੱਚ ਵੀ ਕਹਿੰਦੇ ਵੱਡਾ ਨਾਮ ਨਾ ਖੱਟਿਆ ਇਸ ਧਰਤੀ ਨੇ ਜਿੱਥੋਂ ਦੇ ਕਹਿੰਦੇ ਵੀ ਹਰਮਿੰਦਰ ਸਿੰਘ ਸੰਧੂ ਰਾਜੇ ਵਰਗੇ ਕਹਿੰਦੇ ਵੀ ਉੱਚ ਕੋਟੀ ਦੇ ਖਿਡਾਰੀ ਹੋਏ ਗੁਰਸੇਵਕ ਮੋਠੇ ਵਰਗੇ ਮੇਰੇ ਵੀਰੋ ਚੋਟੀ ਦੇ ਖਿਡਾਰੀ ਹੋਏ ਆ ਉਹਨਾਂ ਖਿਡਾਰੀਆਂ ਦਾ ਧਰਤੀ ਹੈ ਗੱਜਣ ਵਰਗੇ ਖਿਡਾਰੀ ਮੇਰੇ ਵੀਰੋ ਉਸ ਧਰਤੀ ਦੇ ਲੈ ਵੀ ਨੋਟ ਕਰਿਓ
ਫੱਗੂਵਾਲ ਦੇ ਕਬੱਡੀ ਕੱਪ ਤੇ 26 ਤਰੀਕ ਨੂੰ ਓਪਨ ਦੀਆਂ ਜਿਹੜੀਆਂ ਸੀਮਤ ਟੀਮਾਂ ਸੱਦੇ ਪੱਤਰ ਦੀਆਂ 16 ਟੀਮਾਂ ਖੜਾਈਆਂ ਜਾਣਗੀਆਂ ਵਾਧੂ ਟੀਮਾਂ ਨੂੰ ਐਂਟਰ ਨਹੀਂ ਕੀਤਾ ਜਾਣਾ ਸਾਡੇ ਵੀਰਾਂ ਵੱਲੋਂ ਇਹ ਬੇਨਤੀ ਹੈ ਕਿ ਜਿਹੜੀਆਂ ਆਮ ਟੀਮਾਂ ਨੇ ਉੱਥੇ ਨਾ ਪਹੁੰਚੇ ਉਹ ਪਾਲਾ ਜਲਾਲਪੁਰੀਆ ਵਿਸ਼ੇਸ਼ ਤੌਰ ਤੇ ਖੇਡੂ ਕਾਲਾ ਮੀਆਂ ਪਿੰਡ ਏਕ ਮਹਟੂਰ ਦੁੱਲਾ ਬੱਗੇ ਪਿੰਡੀਆ ਤੇ ਜੀਤੇ ਮਾਣ ਵਰਗੇ ਕਰਮੀ ਵਾਲਡ ਵਾਲੀਏ ਵਰਗੇ ਕੇਸੀ ਵਾਲਡ ਵਾਲੀਏ ਵਰਗੇ ਤੇ ਨਾਲ ਫਰਿਜਰੋਂ ਦਾ ਦੁੱਲਾ ਜਿਹੜਾ ਵਿਸ਼ੇਸ਼ ਤੌਰ ਤੇ ਖੇਡੂਗਾ ਤੇ ਨਾਲ ਇਹ ਕਹਿੰਦੇ ਨੇ ਲੂਧਰ ਸੰਦੀਪ ਵਰਗੇ ਖਿਡਾਰੀ ਉਹ ਧਰਤੀ ਦੇ 26 ਤਰੀਕ ਨੂੰ ਖੇਡਣਗੇ 16 ਟੀਮਾਂ ਜਿਹੜੀਆਂ ਸਾਈ ਦੀਆਂ ਸਾਡੇ ਵੀਰਾਂ ਨੇ ਹੋਈਆਂ ਨੇ ਉਹੀ ਖਿਡਾਈਆਂ ਜਾਣਗੀਆਂ ਇਹ ਨੋਟ ਹੈ ਕਿਰਪਾ ਕਰਕੇ ਸਾਰੇ ਖਿਡਾਰੀਆਂ ਨੂੰ ਆਦਾ ਦੇਣਾ ਚਾਹੁੰਦੇ ਹਾਂ ਕਿ ਜਥੇਦਾਰ ਜਗੀਰ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਫੱਗੂਵਾਲ ਦੇ ਕਬੱਡੀ ਕੱਪ ਦੇ ਦਰਸ਼ਕਾਂ ਦਾ ਪੂਰਾ ਖੁੱਲਾ ਸੱਦਾ ਵਾਹ ਜੀ ਵਾਹ ਜਥੇਦਾਰ ਜਗੀਰ ਸਿੰਘ ਜੀ ਸਪੋਰਟਸ ਕਬੱਡੀ ਕਲੱਬ ਫੱਗੂਵਾਲੇ ਵੱਲੋਂ 16 ਟੀਮਾਂ ਹੀ ਸੱਦੇ ਪੱਤਰ ਦੀਆਂ ਜਿਹੜੀਆਂ ਐਂਟਰ ਕੀਤੀਆਂ ਜਾ ਰਹੀਆਂ 26 ਤਰੀਕ ਦੇ ਲਈ ਖੁੱਲੇ ਸੱਦੇ ਹੈ ਮਾਰਚ ਮਹੀਨੇ ਦੀ ਵਾਹ ਦੇਖਦੇ ਵੀ ਇਸ ਸਮੇਂ ਗੁਰਵਿੰਦਰ ਸਿੰਘ ਕਬੱਡੀ ਪਾਉਂਦਾ ਹੈ ਕੱਲ ਨੂੰ ਸ਼ਾਜਲੀ ਦਾ ਕਬੱਡੀ ਕੱਪ ਆ ਉੱਥੇ ਵੀ ਮੋਟਰਸਾਈਕਲ ਆ ਸਾਰਿਆਂ ਨੂੰ ਖੁੱਲੇ ਸੱਦੇ ਹੈ ਟੀਮਾਂ ਤੇ ਦਰਸ਼ਕ ਵੀ ਨੋਟ ਕਰਨਗੇ 20 ਤਰੀਕ ਆ ਜੋਤੀ ਸਰ ਖਰਾਣਾ ਸਾਹਿਬ ਦੀ ਧਰਤੀ ਉੱਥੇ ਵੀ ਆਪਾਂ ਇਸ ਤਰ੍ਹਾਂ ਪੁੱਜਣਾ 22 ਤਰੀਕ ਕਲੌਦੀ ਦੇ ਕਬੱਡੀ ਕੱਪ ਦੀ ਆ ਤੇ 23 ਤਰੀਕ ਕੱਟੂ ਵਾਲੀਆਂ ਦੀ ਤੇ 24 ਤਰੀਕ ਮੂਲੋਵਾਲ ਦੇ ਕਬੱਡੀ ਕੱਪ ਦੀ ਹੈ 25 ਤਰੀਕ ਪੈਣੀ ਖੁਰਦ 26 ਤਰੀਕ ਫੱਗੂਵਾਲਾ 27 ਤਰੀਕ ਨੂੰ ਲਲਹੇੜੀ ਦੀ ਧਰਤੀ ਦੇ ਕੁਸ਼ਤੀਆਂ ਦੀ ਗੱਲ ਛਿੜੇਗੀ ਤੇ 29 ਤਰੀਕ ਹੋ ਗਈ ਮੇਰੇ ਪਸਿਆਣੇ ਦੇ ਕਬੱਡੀ ਕੱਪ ਦੀ 30 ਤਰੀਕ ਪਸਾਹੌੜ ਦੇ ਕਬੱਡੀ ਕੱਪ ਦੀ ਆ ਤੇ ਨਾਲ 3 ਤਰੀਕ ਇੰਨਾ ਬਾਜਵਾ ਦੀ ਧਰਤੀ ਆ ਸ਼ੇਰਪੁਰ ਦੇ ਲਾਗੇ ਤੇ ਨਾਲ 4 ਤਰੀਕ ਰੋਣੋ ਖੁਰਦ ਮੇਰੇ ਵੀਰੋ ਜਰਗ ਦੇ ਲਾਗੇ 5 ਤਰੀਕ ਈਸੀ ਆ ਸਾਰੀਆਂ ਟੀਮਾਂ ਦੇ ਦਰਕਾਂ ਨੂੰ ਸੰਧੂ ਭਰਾਵਾਂ ਵੱਲੋਂ ਖੁੱਲੇ ਸੱਦੇ ਲੈ ਵੀ ਉਧਰੋਂ ਪਰਚੀਆਂ ਜਿਹੜੀਆਂ ਮੋਟਰਸਾਈਕਲ ਦੀਆਂ ਕੱਢੀਆਂ ਜਾ ਰਹੀਆਂ ਨੇ ਪ੍ਰਧਾਨ ਜਾ ਕੇ ਫੜੇ ਲਿਆ ਇੱਕ ਘੰਟੇ ਤੱਕ ਕਹੀ ਜਾਂਦਾ ਮੈਨੂੰ ਹਾਂ ਪਾ ਦਿਓ ਪਰਚੀਆਂ ਵਿੱਚ ਗਿਰਾਂ ਸਾਰੀਆਂ ਪਰਚੀਆਂ ਪਾ ਦਿਓ ਡੱਬੇ ਦੇ ਵਿੱਚ ਫਿਰ ਇੱਕ ਛੋਟੇ ਵਿੱਚ ਵਾਕ ਦਿਓ ਆਪਾਂ ਪਰਚੀ ਚੁਕਾਵਾਂਗੇ ਆਹ ਸਕੂਟਰ ਜਿਹੜਾ ਸਾਹਮਣੇ ਖੜਾ ਤਿਆਰ ਕੀਤਾ ਸਾਡੇ ਵੀਰਾਂ ਨੇ ਇਹ ਸਕੂਟਰ ਜਿਹੜਾ ਕੱਢਣਾ ਹੈ ਉਧਰੋਂ ਕਬੱਡੀ 365.com ਦੇ ਕੈਮਰੇ ਮੇਰੇ ਵੀਰੋ ਘੁੰਮਦੇ ਆ ਕਬੱਡੀ 365.com ਦੇ ਸਪੌਂਸਰ ਸਾਡੇ ਸਤਿਕਾਰਯੋਗ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਸਾਹਿਬ ਕੈਨੇਡਾ ਸਾਡੇ ਮੇਜਰ ਭਲੂਰ ਜੀ ਕੈਨੇਡਾ ਤੇ ਨਾਲੇ ਗੁਰਲਾਲ ਮਾਣੂ ਕੇ ਗਿਲ ਤੇ ਨਾਲੇ ਮੇਰੇ ਵੀਰੋ ਸਾਡੇ ਰਿੰਕੂ ਬਾਈ ਜੀ ਬੀਲਾ ਕੈਨੇਡਾ ਵੀ ਵਿਸ਼ੇਸ਼ ਤੌਰ ਤੇ ਇਸ ਮਹਾਂਖੇਡ ਕਬੱਡੀ ਦੇ ਮਹਾਂਕੁੰਭ ਨੂੰ ਤੱਕ ਰਹੇ ਨੇ ਅਗਲਾ ਮੈਚ ਤੁਹਾਡੇ ਸਾਹਮਣੇ ਕਪਿਆਲ ਤੇ ਮਟੋਲਡੇ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ ਹੈ ਮਟੋਲਡੇ ਦੀ ਟੀਮ ਗਰਾਊਂਡ ਦੇ ਛੇਤੀ ਪੁੱਜੇ ਕਪਿਆਲ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਗਏ ਆ ਝਨੇੜੀ ਤੇ ਬਾਦਸ਼ਾਹਪੁਰ ਭਾਈ ਰੂਪਾ ਤੇ ਕੱਕੜਵਾਲ ਕਾਲੀਆ ਤੇ ਦੁਤਾਲ ਦਿੜਬਾ ਮੰਡੀ ਦੇ ਖੇਰੂ ਜੰਗੀਆਣਾ ਤੇ ਗਾਜੀਆਣਾ ਬੈਰੋਕੇ ਤੇ ਕਾਲੋਕੇ ਆ ਬੀਲਾ ਤੇ ਕੱਟੂ ਵਾਲੀਆਂ ਧਨੌਲਾ ਮੰਡੀ ਸਾਡਾ ਕਿਹਦਾ ਹੈ ਕਾਜਲਾ ਤੇ ਧਨੌਲਾ ਮੰਡੀ ਕਾਜਲਾ ਤੇ ਧਨੌਲਾ ਮੰਡੀ ਸੰਘੇੜਾ ਤੇ ਦੁਗਾਲ ਆ ਵਿੱਕੀ ਸ਼ਾਹ ਕਲੱਬ ਜਨਾਲ ਤੇ ਕਨੌਰੀ ਕਲਾਂ ਗਾਗੇਵਾਲ ਤੇ ਸ਼ੇਰੋਂ ਸੋ ਤਲੇਰ ਕਲਾਂ ਨੂੰ ਜਿਹੜੀ ਬਾਈ ਹੈ ਲੋ ਤੱਕਦੇ ਵੀ ਅਗਲੀ ਕਬੱਡੀ ਇਸ ਸਮੇਂ 500 ਵਾਲਾ ਵੱਗਾ 65 ਕਿਲੋ ਭਾਰ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਮੇਰੇ ਵੀਰੋ ਉਧਰ ਸਾਡਾ ਵੀਰ ਗੁਰਪ੍ਰੀਤ ਬੇਨੜੇ ਵਾਲਾ ਵੀ ਪੁੱਜਿਆ ਧੰਨਵਾਦ ਕਰਦੇ ਹਾਂ ਉਹ ਵੀ ਤਸਵੀਰਾਂ ਨੂੰ ਆਪਣੇ ਕੈਮਰੇ ਚ ਬੰਦ ਕਰਦਾ ਹੋਇਆ ਨਾਲੇ ਸਾਡਾ ਕਰਮ ਸਟੂਡੀਓ ਕਹਿੰਦੇ ਵੀ ਹਰ ਸਾਲ ਵੱਡੀਆਂ ਸਭਾਵਾਂ ਹੁੰਦੀਆਂ ਇਸ ਕਬੱਡੀ ਕੱਪ ਦੇ ਲਈ ਕਰਮ ਸਟੂਡੀਓ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਪੰਜਾਬ ਲਾਈਟ ਸਾਊਂਡ ਤੇ ਜਾਲ ਮੇਰੇ ਵੀਰੇ ਬਹੁਤ ਹੀ ਵਧੀਆ ਲਾਈਟਾਂ ਹਰ ਖੇਡਾਂ ਦੇ ਮੌਕੇ ਤੇ ਇਹਨਾਂ ਨੂੰ ਵੀ ਯਾਦ ਕਰ ਲਿਆ ਕਰੋ ਆਹ ਮੈਚ ਤੋਂ ਬਾਅਦ ਕਿੰਨੀਆਂ ਰੇਡਾਂ ਬਾਕੀ ਨੇ ਸਵਾਨਿਆ ਸਾਈਕਲ ਦਾ ਡਰਾ ਜਿਹੜਾ ਕੱਢਿਆ ਜਾਣਾ ਸਾਰੀਆਂ ਪਰਚੀਆਂ ਪਾ ਲਈਆਂ ਸਾਰੀਆਂ ਪੈ ਗਈਆਂ ਨੇ ਆ ਸਕੂਟਰ ਦਾ ਡਰਾ ਜਿਹੜਾ ਕੱਢਿਆ ਜਾਣਾ ਆਹ ਮੈਚ ਤੋਂ ਬਾਅਦ 50 ਰੁਪਏ ਦੀ ਪਰਚੀ ਜਿਹੜੇ ਵੀਰਾਂ ਨੇ ਕਟਾਈ ਹੈ ਆਪੋ ਆਪਣੀਆਂ ਜੇਬਾਂ ਦੇ ਵਿੱਚੋਂ ਪਰਚੀਆਂ ਕੱਢ ਲਿਓ ਫਿਰ ਇੱਕ ਪਰਚੀ ਛੋਟੇ ਬੱਚੇ ਤੋਂ ਚੁਕਾਵਾਂਗੇ ਤੁਹਾਡੇ ਸਾਹਮਣੇ ਨੰਬਰ ਬੋਲਾਂਗੇ ਕਿ ਕਿਹੜੇ ਦਰਸ਼ਕ ਨੂੰ ਇਹ ਸਕੂਟਰ ਜਿਹੜਾ ਅੱਜ ਨਿਕਲਿਆ ਤੇ ਤੱਕ ਰਿਹਾ ਕਿ ਸਾਹਮਣੇ ਉੜੂ ਉੜੂ ਕਰਦੀ ਜਵਾਨੀ ਹੈ ਗੱਲ ਕਿੱਦਾਂ ਦੀ ਹੋਣੀ ਹੈ
ਨੰਬਰ ਪੁੱਲ ਰੇੜੀ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਕਾਲੇ ਪੁੱਲ ਰੇੜੀ ਵਾਲੇ ਨੇ ਖਜ਼ਾਨਾ ਮੰਤਰੀ ਨੇ ਕਰਮਜੀਤ ਹੋਰਾਂ ਨੇ ਬੜੀ ਮਿਹਨਤ ਕੀਤੀ ਹੈ ਇਹਨਾਂ ਖਿਡਾਰੀਆਂ ਨੂੰ ਤਿਆਰ ਕਰਨ ਦੇ ਲਈ ਦਿਲਬਰ ਕੋਚ ਨੇ ਮੇਰੇ ਵੀਰੋ ਚਨੇਰ ਵਾਲੇ ਨੇ ਟ੍ਰੇਨਿੰਗ ਦਿੱਤੀ ਹੈ ਇਹਨਾਂ ਮੁੰਡਿਆਂ ਨੂੰ ਸਾਹਮਣੇ ਤੱਕ ਰਿਹਾ ਇੱਕ ਪਾਸੇ ਪਾਈ ਹੋਈ ਕਬੱਡੀ ਹੈ ਤੇ ਦੂਜੇ ਪਾਸੇ ਪੁੱਲ ਰੇੜੀ ਦੇ ਚਾਰ ਜਾਫੀ ਘੁੰਮਦੀ ਚੈਨ ਦੇ ਵਿੱਚੋਂ ਮੁਕਾਬਲਾ ਕਿੱਦਾਂ ਦਾ ਹੋਣਾ ਟਾਈਮ ਦੱਸੂ ਮੇਰੇ ਵੀਰੋ ਵਕਤ ਦੱਸੂਗਾ ਕਿ ਉਹ ਲੈਂਦੀ ਸੁਪਨਾ ਓਟੀ ਦਾ ਜੱਟ ਸ਼ੌਂਕੀ ਫੋੜ ਤੇ ਕੌਡੀ ਦਾ ਉਹ ਪੈਰੀ ਮਿੱਟੀ ਲੱਗਣ ਤੋਂ ਡਰਦੀ ਹੈ ਜੱਟ ਤੁਰਦਾ ਕੱਚੀਆਂ ਬੱਟਾਂ ਤੇ ਉਹ ਕਰ ਡੈਟਿੰਗ ਭਾਰ ਘਟਾਉਂਦੀ ਹੈ ਬਈ ਜੱਟ ਨੂੰ ਮਾਣ ਮੋਟਿਆਂ ਪੱਟਾਂ ਤੇ ਉਹ ਸ਼ੌਂਕ ਰੱਖਦੀ ਡਾਲਰ ਦਾ ਸੰਧੂ ਮਾਲਕ ਹੈ ਮਨ ਮੌਜੀ ਦਾ ਉਹ ਲੈਂਦੀ ਸੁਪਨਾ ਓਟੀ ਦਾ ਬਈ ਜੱਟ ਸ਼ੌਂਕੀ ਫੋੜ ਤੇ ਕੌਡੀ ਦਾ ਕਬੱਡੀ ਦੇ ਸ਼ੌਕੀਨ ਮਿੱਤਰੋ ਆ ਵੇਖੋ ਸਾਡੇ ਸਾਹਮਣੇ ਬੱਬਰ ਸ਼ੇਰ ਪੁੱਲ ਰੇੜੀ ਵਾਲਾ ਮੋਟਰ ਸਾਈਕਲ ਦਾ ਵਿਸ਼ੇਸ਼ ਤੌਰ ਤੇ ਸਨਮਾਨੇ ਹੋਏ ਬੱਬਰ ਸ਼ੇਰ ਦੀ ਗੱਲ ਛੇੜਨੀ ਹੈ ਮੁਕਾਬਲਾ ਪੂਰਾ ਸਖਤ ਤੁਹਾਡੇ ਸਾਹਮਣੇ ਚੱਲਦਾ ਹੋਇਆ ਅਗਲੀਆਂ ਟੀਮਾਂ ਛੇਤੀ ਗਰਾਊਂਡ ਦੇ ਵਿੱਚ ਆ ਜਾਓ ਉਧਰ ਸਾਡਾ ਵੀਰ ਆ ਜਤਿੰਦਰ ਸਿੰਘ ਜੀ ਸੋਹੀ ਕਾਲਾ ਨਾਲੇ ਢੀਲਾ ਬਾਈ ਸਾਡਾ ਰਿੰਪੀ ਬਾਈ ਹੋਰੀ ਪੁੱਜੇ ਆ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਹਰਦੀਪ ਸੰਧੂ ਵੀ ਪੁੱਜਿਆ ਲਓ ਵੇਖਦੇ ਆ ਆ ਹੈ ਗੁਰਵਿੰਦਰ ਸਿੰਘ ਮੇਰੇ ਵੀਰੋ ਆਪਣੀ ਟੀਮ ਲਈ ਸ਼ਾਨਦਾਰ ਅੰਕ ਦਾ ਵਾਅਦਾ ਕਰਦਾ ਹੋਇਆ ਤੇ ਆ ਮੈਚ ਤੋਂ ਬਾਅਦ ਜਿਹੜੀਆਂ ਸਕੂਟਰ ਦੀਆਂ ਪਰਚੀਆਂ ਕੱਢੀਆਂ ਜਾਣਗੀਆਂ ਉਹ ਤੋਂ ਬਾਅਦ ਕਬੱਡੀ ਓਪਨ ਦਾ ਜਿਹੜਾ ਤੁਹਾਡੇ ਸਾਹਮਣੇ ਕਪਿਆਲ ਦੇ ਨਾਲ ਮਟੋਲਡੇ ਦਾ ਮੈਚ ਖੇਡਿਆ ਜਾਣਾ ਹੈ ਆ ਬੱਚੇ ਨੇ ਰੇਸ ਲਾਈ ਹੈ ਹੁਣ ਬਾਜ਼ੀਆਂ ਪਾਉਣੀਆਂ ਨੇ ਤੇ ਇਧਰੋਂ ਪੁੱਲ ਰੇੜੀ ਵੱਲੋਂ ਪਾਈ ਹੋਈ ਕਬੱਡੀ ਹੈ ਮੇਰੇ ਵੀਰੋ ਸਾਹਮਣੇ ਕਿੱਦਾਂ ਦਾ ਹੋਣਾ ਹੈ ਨੰਬਰ ਪੁੱਲ ਰੇੜੀ ਦੀ ਟੀਮ ਦੇ ਕਬਜ਼ੇ ਤੇ ਹੁੰਦਾ ਹੋਇਆ 65 ਕਿਲੋ ਦਾ ਇਹ ਫਾਈਨਲ ਮੁਕਾਬਲਾ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ ਚਲੋ ਜਵਾਨਾ ਪਾ ਕਬੱਡੀ ਕੇ ਸ਼ੌਂਕ ਜਿਨ੍ਹਾਂ ਨੂੰ ਕਬੱਡੀ ਦਾ ਲੱਗ ਜਾਂਦਾ ਹੈ ਪੱਕ ਜਾਂਦੇ ਨੇ ਵਾਂਗੋ ਪੱਥਰਾਂ ਦੇ ਜਦੋਂ ਗਰਾਊਂਡਾਂ ਦੇ ਵਿੱਚ ਸ਼ੇਰ ਭਿੜਦੇ ਖੜਕੇ ਦੂਰ ਦੂਰ ਤੱਕ ਸੁਣਦੇ ਨੇ ਟੱਕਰਾਂ ਦੇ ਸੰਧੂ ਧੂਰਿਆ ਇਹਨਾਂ ਨੂੰ ਕੌਣ ਰੋਕੇ ਪਾਉਂਦੇ ਕੌਡੀਆਂ ਵਾਂਗੇ ਚੱਖੜਾਂ ਦੇ ਪਾਉਂਦੇ ਕੌਡੀਆਂ ਵਾਂਗੇ ਚੱਖੜਾਂ ਦੇ ਅਗਲਾ ਮੈਚ ਤੁਹਾਡੇ ਸਾਹਮਣੇ ਕਬੱਡੀ ਓਪਨ ਦਾ ਮੇਰੇ ਵੀਰਿਓ ਮਟੋਡ ਦੇ ਨਾਲ ਕਪਿਆਲ ਦਾ ਖੇਡਿਆ ਜਾਣਾ ਹੈ ਉਧਰੋਂ ਬੱਚਾ ਕਲਾਬਾਜ਼ੀਆਂ ਲਾ ਰਿਹਾ ਹੈ ਉਹਦੇ ਨਾਂ ਤੇ ਵੀ ਤਾੜੀ ਮਾਰ ਦਿਓ ਜ਼ੋਰਦਾਰ ਆ ਛੋਟਾ ਜਿਹਾ ਬੱਚਾ ਜਿਹੜਾ ਕਲਾਬਾਜ਼ੀਆਂ ਲਾ ਰਿਹਾ ਵਾਹ ਉਧਰ ਦੇਖਦੇ ਹਾਂ ਵੀ ਅਗਲੀ ਕਬੱਡੀ ਇਸ ਸਮੇਂ ਪੁੱਲ ਰੇੜੀ ਦੀ ਟੀਮ ਦੇ ਵਾਸਤੇ ਪੈਂਦੀ ਹੋਈ ਆ ਮੈਚ ਸਮਾਪਤ ਆ ਪੁੱਲ ਰੇੜੀ ਫਸਟ ਆ ਜੀ ਤੇ 7 ਸਜੂਮਾ ਦੀ ਟੀਮ ਜਿਹੜੀ ਸੈਕਿੰਡ ਆ ਲੈ ਵੀ ਪ੍ਰਬੰਧਕ ਵੀ ਨੋਟ ਕਰਨਗੇ ਲੈ ਵੀ ਸਕੂਟਰ ਵਾਲੀਆਂ ਪਰਚੀਆਂ ਉਰੇ ਲੈ ਆਓ ਇੱਥੇ ਲੈ ਆਓ ਆ ਸਕੂਟਰ ਦੀਆਂ ਸਾਰੀਆਂ ਪਰਚੀਆਂ ਢੇਰੀ ਕਰ ਦਿਓ ਥੱਲੇ ਇੱਕ ਰਹੇਗੀ ਇੱਕ ਪਰਚੀ ਆਖਰੀ ਰਹੇਗੀ ਲੈ ਵੀ ਕਰਮ ਸਟੂਡੀਓ ਕਬੱਡੀ 365.com ਇੱਧਰ ਵੀ ਕੈਮਰਾ ਮਾਰ ਦਿਓ ਨਿੱਕਾ ਜਿਹਾ ਬੱਚਾ ਬੜਾ ਵਧੀਆ ਕਰਤੱਬ ਕਰਦਾ ਹੋਇਆ ਪਹਿਲਾ ਰੇਸ ਲਾਈ ਹੈ ਤਾੜੀ ਮਾਰ ਦਿਓ ਬਾਜੀ ਤੇ ਹੁਣ ਆਹ ਕਰਤੱਬ ਇਸ ਬੱਚੇ ਦੇ ਨਾਂ ਤੇ ਸਾਡੇ ਕਰਮਜੀਤ ਦਾ ਸਟੂਡੀਓ ਉਹ ਵੀ ਇਹਨਾਂ ਯਾਦਾਂ ਨੂੰ ਕੈਮਰੇ 'ਚ ਕੈਦ ਕਰਦੇ ਹੋਏ ਹੈ ਥੱਲੇ ਢੇਰੀ ਕਰ ਲਓ ਸਾਰੀਆਂ ਪਰਚੀਆਂ ਥੱਲੇ ਢੇਰੀ ਕਰ ਲਓ ਇੱਕ ਮਿੰਟ 'ਚ ਚੱਕ ਲਾਂਗੇ ਦਰਸ਼ਕਾਂ ਨੂੰ ਪਤਾ ਲੱਗ ਜੂ ਵੀ ਸਾਰੀਆਂ ਪਾਈਆਂ ਹੋਈਆਂ ਉਹਨਾਂ ਨੂੰ ਆ ਜਾਓ ਮਾੜੇ ਉਹਨਾਂ ਨੂੰ ਆ ਜਾਓ ਹਾਂਜੀ ਕੋਈ ਗੱਲ ਨੀ ਥੱਲੇ ਥੱਲੇ ਢੇਰੀ ਕਰ ਦੋ ਸਾਰੀਆਂ ਇੱਕ ਵਾਰ ਹਾਂ ਛੋਟਾ ਬੱਚਾ ਇਹੀ ਬੱਚਾ ਚੱਕੂਗਾ ਪਾਸੇ ਹੋ ਜਾਓ ਸਾਰੇ ਉਹ ਕੋਈ ਨਾ ਖੜੇ ਰਹਿਣ ਦੋ ਉਹਨਾਂ ਨੂੰ ਆ ਗਿਆ ਜੀ ਖੜਾ ਮੂਰੇ ਹਲਾਤੀਆਂ ਹੁਣ ਤਾਂ ਸਾਰੀਆਂ ਢੇਰੀ ਕਰ ਦੋ ਪਹਿਲਾਂ ਹੀ ਲਾਈਆਂ ਹੋਈਆਂ ਨੇ ਤੇ 200 ਰੁਪਇਆ ਇਹ ਬੱਚੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾਊਗਾ ਜਿਹਨੇ ਸਕੂਟਰ ਦੀ ਪਰਚੀ ਨਿਕਲ ਚੁੱਕੀ ਹੈ ਨੋਟ ਕਰਿਓ ਜਿਹਦੇ ਮੂਹਰੇ ਦੂਆ ਉਹ ਪਰਚੀਆਂ ਰੱਖ ਲਓ ਬਾਕੀ ਸਿਰ ਤੋਂ ਦੂਏ ਦੇ ਮਗਰੇ 1, 2, 3, 4, 5, 6, 7, 27 ਨੰਬਰ ਜਿਹਦਾ ਸਾਡੇ ਭੋਲਾ ਸਿੰਘ ਫਾਲੀਆਂ ਪੁੱਤਰ ਜੰਗੀਰ ਸਿੰਘ ਉਹਨੂੰ ਨਿਕਲਿਆ ਸਕੂਟਰ ਭੋਲਾ ਸਿੰਘ ਸਟੇਜ ਤੇ ਬੈਠਾ ਭੋਲਿਆ
आजो जी तुहानू स्कूटर निकल आया भोला बालियां वाला साना जंगीर सिंह आ पर्ची फड़ लो उन्हां दी साढ़े कलौदी वाले डिंपल होरी विशेष तौर से अमन होरी पुजे ने बाई नूं जिहड़े आपां सवेर तों सद्दे दे रहे हां जिथे दुनिया के महा कुप दे विच दुनिया के महान खिडारी पुजणगे उधर क्लब के प्रधान केवल सिंह जी आखदे है कि जिहड़ा हुण बाहर जाऊगा भी उहनूं अंदर नहीं आउण दित्ता जाएगा ये नोट कर लियो जिहड़ा भी वीर साडा हुण बाहर जाएगा फिर अंदर नहीं आ सकता इस करके बेनती है भी अंदर ही खड़े रहो जिथे खड़े हो मैचा का आनंद माणो यह बेनती आ दूजा राउंड जिहड़ा शुरू हो गया कबड्डी ओपन का पहला मैच कपियाल ते मटोडे दीआं टीमां दे दरम्यान खेडिया जाणा दोनों टीमां जिहड़ियां खेड मैदान दे विच पुज गईआं दूजे मैच लई झनेड़ी ते बादशाहपुर तीजा भाई रूपा ते कक्कड़वाल चौथा कालिया ते दताल दीआं टीमां दे दरम्यान जिहड़े मैच खेडे जाणे ने तैयार रहिणगीआं नाले दड़बा ते केरू जंगीआणा ते गाजीआणा वायरों के कालों के बीला ते कट्टू वालियां कांजला ते तरौला मंडी संगेड़ा ते दगाल सरोवर क्लब बिक्की शाह जनाल ते कनहरी कलां गागे वाल ते शेरों ग्राउंड जेड़ा बेला कर दियो तुहाडे सामने लाडी मेरे वीरो कबड्डी पाउण दे लई मटोडे वल्लों अगे वाधा होया एक पासे रौकी बेनड़े वाला ते दूजे पासे लाडी है बल्ले बल्ले होगी मित्रों हंदिया दे मुकाबला पूरा सख्त है मार दो ताड़ियां हंदे दूर ने ए रौकी बेनड़े वाला कल भी कपियाल दे लई खेडिया कल फाटा ही टीम मेरे वीरो लभी बेनड़े दा ग्राई दिंदी बेनड़े दा जरनैल बेनड़े दा ग्राई तुहाडे सामने रौकी बेनड़े वाला अंक अपनी टीम लई जोड़दा होया उधर देखते भी मंगल ढिलों मेरे वीरो इस समय भवानीगढ़ की धरती का नौजवान कपियाल की टीम कबड्डी पाता है सर मंगल धालीवाल है कहते भी नूती धालीवाल का सपुत्र मेरे वीरो भवानीगढ़ी का इस समय शान रंग का वाधा करता हुआ पाली कनी दे कहते तूही दी धरती का ध्याना उरले पासे रौकी बेनड़े वाला बचकार अमन ते कुलबीर वर्गे चार जाफी है आ मुंडा नाभे दा एरिया कहिंदे जिले पटियाले दा तुहाडे सामने तूही दी धरती दा ध्याना अंक अपनी टीम ने जोड़दा होया एक पासे इस वक्त बिक्की कपियाल वाला कबड्डी पाउण दे लई अगे वल वधदा होया उरले पासे दीपा कहिंदे सत्ते मटोडे वाले दा छोटा वीर तुहाडे सामने दो हथ करदा है एक पासे दलवीर कोच रामपुरे वरदा ਚੰਡਿਆ ਹੋਇਆ ਪੱਠਾ ਤੁਹਾਡੇ ਸਾਹਮਣੇ ਬਿੱਕੀ ਕਪਿਆਲ ਵਾਲਾ ਅੰਕ ਆਪਣੀ ਟੀਮ ਨੇ ਜੋੜਦਾ ਹੋਇਆ ਲਾਡੀ ਹੈ ਮਾਰਕੀਟ ਕਬੱਡੀ ਦਾ ਧਾਵੀ ਤੁਹਾਡੇ ਸਾਹਮਣੇ ਮਟੋਡੇ ਵੱਲੋਂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਿੰਡ ਇਸ ਬੱਬਰ ਸ਼ੇਰ ਦਾ ਮੇਰੇ ਵੀਰੋ ਕਕਰਾਲਾ ਨਾਭੇ ਦੇ ਲਾਗੇ ਤੇ ਦੂਜੇ ਪਾਸੇ ਤੰਨਾ ਤੂਈ ਵਾਲਾ ਡਬਲ ਟੱਚ ਦੇ ਇਸ਼ਾਰੇ ਦਾ ਅੰਗੜਾ ਰੇਡਰ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਕੁਲਜੀਤ ਸਿੰਘ ਹੈ ਪਿੰਡ ਘਰਾਚੋ ਹੈ ਲੈ ਵੀ ਮੱਖਣਾ ਤੇਰੇ ਪਿੰਡ ਦਾ ਮੁੰਡਾ ਤੇਰੇ ਵਿਹੜੇ ਤੇ ਕਬੱਡੀ ਪਾ ਰਿਹਾ ਜੇ ਤੇਰੇ ਨਾਲ ਦੋ ਹੱਥ ਹੋ ਜਾਣ ਤਾਂ ਫਿਰ ਦਰਸ਼ਕ ਕਹਿੰਦੇ ਵੱਖਰਾ ਨਜ਼ਾਰਾ ਆ ਜੇ ਕੁਲਜੀਤ ਸਿੱਖ ਸਰਦਾਰ ਹੈ ਤੇ ਦੂਜੇ ਪਾਸੇ ਮਟੋਡੇ ਦਾ ਇਸ ਵਕਤ ਸੱਤੇ ਮਟੋਡੇ ਵੜਦਾ ਛੋਟਾ ਵੀਰ ਤੁਹਾਡੇ ਸਾਹਮਣੇ ਦੋ ਹੱਥ ਕਰਦਾ ਹੋਇਆ ਇੱਕ ਪਾਸੇ ਕੁਲਜੀਤ ਹੈ ਕਹਿੰਦੇ ਪਿਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ ਸਰਦਾਰ ਕਬੱਡੀ ਪਾ ਕੇ ਵਾਪਸ ਵੜਦਾ ਹੋਇਆ ਲਾਡੀ ਕਕਰਾਲੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਇੱਕ ਕੰਨੀ ਤੇ ਤਿਆਨਾ ਥੂਹੀ ਵਾਲਾ ਤੇ ਵੇਖਾਂਗੇ ਆ ਮੁੰਡਾ ਅਮਨ ਕਹਿੰਦੇ ਕਪਿਆਲ ਵਾਲਾ ਤੁਹਾਡੇ ਸਾਹਮਣੇ ਦੋ ਹੱਥ ਕਰਦਾ ਹੈ ਗੁੱਟ ਫੜ ਕੇ ਗਿੱਟੇ ਨੂੰ ਕੈਂਚੀ ਮਾਰੀ ਹੈ ਬੱਬਰ ਸ਼ੇਰ ਨੇ ਮੱਖਣ ਪੰਚ ਫਿਰ ਕਰਦੇ ਕਮਾਲ ਅਨੂਪੀ ਧਾਲੀਵਾਲ ਦਾ ਮੁੰਡਾ ਤੇਰੇ ਸਾਹਮਣੇ ਕਬੱਡੀ ਪਾ ਰਿਹਾ ਹੈ ਭਵਾਨੀਗੜ੍ਹ ਦੀ ਧਰਤੀ ਦਾ ਨੌਜਵਾਨ ਹੈ ਤੇ ਦੂਜੇ ਪਾਸੇ ਤੱਕਾਂਗੇ ਇੱਕ ਪਾਸੇ ਘਰਾਚੋਂ ਦਾ ਮੱਖਣ ਹੈ ਪੰਚਾਇਤ ਮੈਂਬਰ ਵੀ ਰਿਹਾ ਆ ਮੁੰਡਾ ਕਹਿੰਦੇ ਸੱਤੇ ਮਟੋਡੇ ਵਾਲ ਦਾ ਛੋਟਾ ਵੀਰ ਹੈ ਪਰ ਇੱਕ ਪਾਸੇ ਨੂਪੀ ਧਾਲੀਵਾਲ ਦਾ ਪੁੱਤ ਮੰਗਲ ਕਬੱਡੀ ਪਾ ਕੇ ਵਾਪਸ ਵਰਦਾ ਹੋਇਆ ਚਲੋ ਜਵਾਨਾ ਪਾ ਕਬੱਡੀ ਲਾਡੀ ਹੈ ਪਿੰਡ ਕਕਰਾਲਾ ਵੱਡਾ ਟੂਰਨਾਮੈਂਟ ਕਰਵਾਇਆ ਐਨ ਆਰ ਆਈ ਵੀਰਾਂ ਵੱਲੋਂ ਵੱਡੇ ਸਹਿਯੋਗ ਮਿਲੇ ਸਾਡੇ ਨਛੱਤਰ ਸਿੰਘ ਜੀ ਯੂਐਸਏ ਵਾਲਿਆਂ ਨੇ ਗਰਾਊਂਡ ਦੇ ਵਿੱਚ ਵੀ ਸੰਧੂ ਭਰਾਵਾਂ ਦੇ ਵੱਡੇ ਮਾਣ ਕੀਤੇ ਤੇ ਦੂਜੇ ਦਿਨ ਫੋਨ ਆਏ ਟੂਰਨਾਮੈਂਟ ਤੋਂ ਬਾਅਦ ਕਿ ਹਾਲੇ ਮਾਣ ਘੱਟ ਹੋਏ ਨੇ 10,000 ਰੁਪਇਆ ਫਿਰ ਯੂਐਸਏ ਦੀ ਧਰਤੀ ਤੋਂ ਬਾਈ ਪਿੰਕੀ ਸਿੰਧੂ ਦੇ ਸੰਧੂ ਦੇ ਰਾਹੀਂ ਭੇਜਿਆ ਉਹ ਧਰਤੀ ਦਾ ਬੱਬਰ ਸ਼ੇਰ ਤੁਹਾਡੇ ਸਾਹਮਣੇ ਦੋ ਹੱਥ ਕਰਦਾ ਹੋਇਆ ਨੋਟ ਕਰਿਓ ਜੀ ਇਸ ਮੁਕਾਬਲੇ ਚੋਂ
ਕਪਿਆਲ ਜੇਤੂ ਰਹੀ ਹੈ ਚਨੇੜੀ ਤੇ ਬਾਦਸ਼ਾਹਪੁਰ ਦੋਨੋਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਚਨੇੜੀ ਤੇ ਬਾਦਸ਼ਾਹਪੁਰ ਉਧਰੇ ਸਾਡਾ ਪੰਮੀ ਬਾਈ ਰੂਪਾੜੀ ਪੰਮੀ ਟੂਰਸ ਐਂਡ ਟਰੈਵਲ ਵੱਡੇ ਮਾਣ ਕੀਤੇ ਸੰਧੂ ਭਰਾਵਾਂ ਲਈ ਧੰਨਵਾਦ ਜੀ ਇਹਨਾਂ ਨੂੰ ਭਾਈ ਪੰਮੀ ਜੀ ਚਨੇੜੀ ਦੀ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ ਬਾਦਸ਼ਾਹਪੁਰ ਇਕਬਾਲ ਸਰਪੰਚ ਪ੍ਰਧਾਨ ਟਰੱਕ ਯੂਨੀਅਨ ਸ਼ੇਰਪੁਰ ਉਹਦੇ ਗ੍ਰਾਈ ਜਿੱਥੇ ਵੀ ਸਾਡੀ ਆਵਾਜ਼ ਸੁਣਦੇ ਨੇ ਬਾਦਸ਼ਾਹਪੁਰ ਵਾਲੇ ਛੇਤੀ ਗਰਾਊਂਡ ਦੇ ਵਿੱਚ ਆ ਜਾਣ ਚਨੇੜੀ ਦਾ ਬਾਦਸ਼ਾਹਪੁਰ ਦੇ ਨਾਲ ਮੈਚ ਖੇਡਿਆ ਜਾਣਾ ਹੈ ਭਾਈ ਰੂਪੇ ਦਾ ਕੱਕੜਵਾਲ ਦੇ ਨਾਲ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ ਭਾਵੇਂ ਰਾਤ ਹੋ ਗਈ ਹੈ ਹਨੇਰਾ ਆਉਣ ਲੱਗਿਆ ਇਧਰੋਂ ਲਾਈਟਾਂ ਜਿਹੜੀਆਂ ਪੰਜਾਬ ਲਾਈਟ ਦੀਆਂ ਸਾਡੇ ਬੂਟੇ ਮਹਿਲਾ ਵਾਲੇ ਦੀਆਂ ਸਾਡੇ ਮੇਰੇ ਵੀਰਿਓ ਕੁਲਦੀਪ ਖਜ਼ਾਨਾ ਮੰਤਰੀ ਦੇ ਤਜਿੰਦਰਾਂ ਦੀਆਂ ਇਹ ਲਾਈਟਾਂ ਅੱਜ ਪੂਰੇ ਪੰਜਾਬ ਤੇ ਹਰਿਆਣੇ ਚ ਮਸ਼ਹੂਰ ਹੋਈਆਂ ਨੇ ਜੋ ਪੂਰਾ ਦਿਨ ਚੜ ਰੱਖਿਆ ਤੇ ਇਧਰੋਂ ਮੁਕਾਬਲਾ ਝਨੇੜੀ ਦੇ ਨਾਲ ਤੁਹਾਡੇ ਸਾਹਮਣੇ ਮੇਰੇ ਵੀਰਿਓ ਬਾਦਸ਼ਾਹਪੁਰ ਦੀਆਂ ਟੀਮਾਂ ਦਾ ਸ਼ੁਰੂ ਹੋਣ ਲੱਗਿਆ ਜਲਦੀ ਆ ਜਾਓ ਵੀ ਸੈਂਟਰ ਲਾਈਨ ਤੇ ਸਤਿਆ ਕਸ਼ਮੀਰਾ ਕਰਾਚੋ ਜਿੰਦਰਾਲ ਸਾੜਾ ਸਾਰੇ ਵੀਰਾਂ ਦਾ ਇਹਨਾਂ ਰੈਫਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਸਵੀਰ ਫੌਜੀ ਜੀ ਤੇ ਉਧਰੋਂ ਮੇਰੇ ਵੀਰਿਓ ਕਬੱਡੀ 365.com ਦੇ ਜ਼ਰੀਏ ਇੱਕ ਕਬੱਡੀ ਕੱਪ ਜਿਹੜਾ ਪੂਰੀ ਦੁਨੀਆ 'ਚ ਲਾਈਵ ਦਿਖਾਇਆ ਜਾ ਰਿਹਾ ਹੈ ਇੰਟਰਨੈਟ ਦੇ ਜ਼ਰੀਏ ਘੱਟੋ ਘੱਟ 1 ਲੱਖ ਤੋਂ ਕਹਿੰਦੇ ਗਿਣਤੀ ਪਾਰ ਕਰ ਗਈ ਹੈ ਸਾਡੇ NRI ਵੀਰਾਂ ਦੀ ਜੋ ਮੁਲਕ ਅੱਡੋ ਅੱਡ ਮੁਲਕਾਂ ਦੇ ਵਿੱਚ ਬੈਠੇ ਸਾਡੇ ਇਸ ਮਾਂ ਖੇਡ ਕਬੱਡੀ ਨੂੰ ਕਬੱਡੀ 365.com ਦੇ ਜ਼ਰੀਏ ਤੱਕ ਰਹੇ ਨੇ ਇੱਕ ਪਾਸੇ ਝਨੇੜੀ ਦੀ ਟੀਮ ਤੇ ਦੂਜੇ ਪਾਸੇ ਕਹਿੰਦੇ ਨੇ ਟੀਮ ਬਾਦਸ਼ਾਹਪੁਰ ਦੀ ਸੰਗਰੂਰ ਵਾਲੇ ਪਾਸੇ ਹੈ ਤੇ ਮੇਰੇ ਸੱਜੇ ਪਾਸੇ ਝਨੇੜੀ ਦੀ ਟੀਮ ਹੈ ਕੱਲ ਉੱਪਲੀ ਦੇ ਕਬੱਡੀ ਕੱਪ ਤੋਂ ਇਹ ਟੀਮ ਸੈਕਿੰਡ ਆਈ ਹੈ ਘੜੀਵਾਲ ਦੇ ਨਾਲ ਸੈਮੀ ਫਾਈਨਲ ਹੋਇਆ ਕਾਕੇ ਨਾਲ ਗੁਲਜ਼ਾਰੀ ਮੂਣਕਵਾਲਾ ਖੇਡਿਆ ਤਾਂ ਇਹਨਾਂ ਬੱਬਰ ਸ਼ੇਰਾਂ ਨੇ ਸੈਮੀ ਫਾਈਨਲ ਮੁਕਾਬਲੇ ਦੇ ਵਿੱਚ ਘੜੀਵਾਲ ਨੂੰ ਹਰਾ ਕੇ ਫਾਈਨਲ ਦੇ ਵਿੱਚ ਤਾਂ ਬਣਾਇਆ ਅੱਜ ਵੇਖਾਂਗੇ ਹਰਦੀਪ ਦਿਓਲ ਫੇਰਨੇ ਵਾਲਾ ਸਾਡੇ ਇਲਾਕੇ ਦਾ ਮਾਣ ਹੈ ਜ਼ਿਲ੍ਹੇ ਸੰਗਰੂਰ ਦਾ ਮਾਣ ਹੈ ਕਿ ਸਾਡੇ ਇਲਾਕੇ ਉੱਤੇ ਸਾਨੂੰ ਬੜਾ ਮਾਣ ਸੰਧੂਆ ਇਹ ਤਾਂ ਰੰਗਲੇ ਪੰਜਾਬ ਦੀ ਹੈ ਜਿੰਦ ਜਾਨ ਸੰਧੂਆ ਜਿੱਥੇ ਲੱਭੀ ਜੇ ਖਿਡਾਰੀ ਨਿੰਦੀ ਅੱਤ ਦਾ ਸ਼ਿਕਾਰੀ ਬਈ ਬਾ ਖੁਸ਼ੀ ਕਰਦਾ ਇਹ ਥੈਂ ਤੇ ਚੱਕੇ ਆਮ ਸੰਧੂਆ ਸਾਨੂੰ ਸਾਡੇ ਏਰੀਏ ਤੇ ਪੂਰਾ ਮਾਣ ਸੰਧੂਆ ਅੱਜ ਵੇਖਦੇ ਆ ਸ਼ਹਿਰ ਦਾ ਪੰਡਤਾਂ ਦਾ ਮੁੰਡਾ ਦੀਪਕ ਹੈ ਜੇ 19 ਫਰਵਰੀ ਦੀ ਗੱਲ ਕਰਾਂ ਪਿੰਡ ਗੁੱਜਰਾਂ ਦੇ ਕਬੱਡੀ ਕੱਪ ਦੀ ਤਾਂ ਬੱਬਰ ਸ਼ੇਰ ਨੇ ਲੱਖੇ ਚੀਮੇ ਦੇ ਲਗਾਤਾਰ ਮੇਰੀ ਅੱਖਾਂ ਦੇ ਸਾਹਮਣੇ ਕਬੱਡੀਆਂ ਪਾਈਆਂ ਲੱਖੇ ਚੀਮੇ ਨੇ ਤੇ ਸਲਾਮੂ ਸ਼ਾਮ 84 ਵਾਲੇ ਨੇ ਪੂਰਾ ਜ਼ੋਰ ਲਾਇਆ ਇਹ ਮੁੰਡੇ ਨੂੰ ਫੜਨ ਦੇ ਲਈ ਪਰ ਰੁਕਿਆ ਨਹੀਂ ਸ਼ਹਿਰ ਵਾਲਾ ਦੀਪਕ ਪੰਡਤ ਇੱਕ ਪਾਸੇ ਨਸੀਬ ਹੈ ਅੰਗੜਾ ਸ਼ੀ ਝਨੇੜੀ ਜਿੰਨੇ ਨੰਬਰ ਲਊਗੀ ਉਹਨੇ 100 ਕਿਹਦੇ ਵੱਲੋਂ ਸਾਡੇ ਗੁਰਮੀਤ ਝਨੇੜੀ ਆਸਟ੍ਰੇਲੀਆ ਉਹਨਾਂ ਵੱਲੋਂ 100 ਰੁਪਇਆ ਆ ਸਾਡੇ ਲਈ ਵੱਡੇ ਸਟਾਰ ਕੀਤੇ ਜਾ ਰਹੇ ਨੇ ਧੰਨਵਾਦ ਉਧਰੋਂ ਕਹਿੰਦੇ ਨੇ ਹਰਦੀਪ ਦਿਓਲ ਨੇ ਆ ਮੁੰਡਾ ਸੰਧੂਆਂ ਦਾ ਕਹਿੰਦੇ ਨੇ ਕਬੱਡੀ ਕੱਪਾਂ ਦਾ ਗਰਮੀਆਂ ਦੇ ਸੀਜ਼ਨ ਦਾ ਕਈ ਕਬੱਡੀ ਕੱਪਾਂ ਦਾ ਮੈਂ ਟ੍ਰੇਡਰ ਮੇਰੇ ਵੀਰੋ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਭਾਵੇਂ ਜਸਨ ਨੇ ਦੱਸਿਆ ਕਿ 2 ਅਗਸਤ ਖੂਨਣ ਦੀ ਧਰਤੀ ਤੋਂ ਸੰਧੂ ਭਰਾਵਾਂ ਨੇ ਕਮੈਂਟਰੀ ਦਾ ਗਰਮੀਆਂ ਦੇ ਸੀਜ਼ਨ ਦਾ ਸਫ਼ਰ ਸ਼ੁਰੂ ਕੀਤਾ ਅੱਜ 110ਵੇਂ ਟੂਰਨਾਮੈਂਟ ਦੀ ਕਮੈਂਟਰੀ ਕਰ ਰਿਹਾ ਤੁਹਾਡੇ ਸਾਹਮਣੇ ਮੇਰੇ ਵੀਰੋ ਆਦਾ 110 ਦੇ ਲਾਗੇ ਟੂਰਨਾਮੈਂਟਾਂ ਦੀ ਹੁਣ ਤੱਕ ਕਮੈਂਟਰੀ ਕਰ ਚੁੱਕੇ ਹਾਂ ਉਹਨਾਂ ਟੂਰਨਾਮੈਂਟ ਦੇ ਕਈ ਟੂਰਨਾਮੈਂਟ ਦੇ ਬੱਬਰ ਸ਼ੇਰ ਨੇ ਬੱਲੇ ਬੱਲੇ ਕਰਵਾਈ ਸੋਹਣੇ ਦੀਆਂ ਮੁੰਦੀਆਂ ਜਿੱਤੀਆਂ ਪਰ ਦੂਜੇ ਪਾਸੇ ਇਕਬਾਲ ਸਰਪੰਚ ਬਾਦਸ਼ਾਹਪੁਰੀਏ ਦਾ ਆਗ ਰਾਹੀਂ ਜੱਫਾ ਲਾ ਕੇ ਅੰਗ ਆਪਣੀ ਟੀਮ ਨੂੰ ਜੋੜਦਾ ਹੋਇਆ ਕਾਲਾ ਬਾਦਸ਼ਾਹਪੁਰ ਵਾਲਾ ਕਬੱਡੀ ਪਾਉਣ ਦੇ ਲਈ ਹਰਦੀਪ ਦਿਓਲ ਕਹਿੰਦਾ ਹਰਿੰਦਰ ਨੂੰ ਜੱਫਾ ਲੱਗਿਆ ਬਦਲਾ ਮੈਂ ਲਊਗਾ ਸੰਧੂਆ ਮਾਰ ਦੋ ਤਾੜੀਆਂ ਮਾਰ ਦੋ ਲਲਕਰਾ ਇੱਕ ਪਾਸੇ ਹਰਦੀਪ ਦਿਓਲ ਆਪਣੇ ਇਲਾਕੇ ਦਾ ਮਾਣ ਹੈ ਉਹ ਮੇਰੇ ਵੀਰਿਓ ਆਪਣੇ ਏਰੀਏ ਦਾ ਮਾਣ ਹੈ ਪ੍ਰਮੋਟਰਾਂ ਦੀਆਂ ਅੱਖਾਂ ਇਸ ਨੌਜਵਾਨ ਤੇ ਵੀ ਲੱਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੌਜਵਾਨ ਨੇ ਵੀ ਬੱਲੇ ਬੱਲੇ ਕਰਵਾਉਣੀ ਹੈ ਚੱਲ ਵੀ ਜਵਾਨਾ ਪਾ ਕਬੱਡੀ ਆਇਆ ਪਿੰਡ ਦਾ ਹੀ ਹੈ ਪੁੱਛ ਲਓ ਤੂੰ ਮਾੜਾ ਜਾ ਆਜੂਗਾ ਕਿਤੇ ਪੈਕ ਨਾ ਲਾਉਣ ਵਗਿਆ ਹੋਵੇ ਤੇ ਦੂਜੇ ਪਾਸੇ
ਟੱਕ ਰਹੇਗੇ ਜੁਬਰਾਜ ਝਨੇਰੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਬਲਵਾਦਾ ਹੋਇਆ ਬਾਦਸ਼ਾਹਪੁਰ ਦੀ ਧਰਤੀ ਦਾ ਬੱਬਰ ਸ਼ੇਰ ਹੈ ਬਈਬਾ ਬੱਲੇ ਬੱਲੇ ਹੋ ਗਈ ਮਿੱਤਰੋ ਝਨੇਰੀ ਦੀ ਟੀਮ ਦਾ ਨੰਬਰ ਹੈ ਚੱਲ ਵੀ ਜਾਣਾ ਪਾ ਕਬੱਡੀ ਇੱਕ ਪਾਸੇ ਪਿੰਦਾ ਤਿੰਨ ਪੁੱਤ ਨੇ ਪੰਡਤਾਂ ਦੇ ਇਹਦਾ ਨਾਂ ਪਿੰਦਾ ਉਹਦਾ ਨਾਂ ਕਾਲਾ ਤੇ ਉਹ ਹਰੀ ਨਿਕਰ ਵਾਲਾ ਨਸੀਬ ਹੈ ਇੱਕੋ ਮਾਂ ਦੀ ਕੁੱਖੋਂ ਤਿੰਨ ਪੁੱਤਾਂ ਨੇ ਜਨਮ ਲਿਆ ਇੱਕੋ ਪਰਿਵਾਰ ਦੇ ਪੰਡਤਾਂ ਦੇ ਤਿੰਨ ਮੁੰਡੇ ਅੱਜ ਬਾਦਸ਼ਾਹਪੁਰ ਲਈ ਕਬੱਡੀ ਖੇਡਦੇ ਹੈ ਆਹ ਮੁੰਡਾ ਪਿੰਦਾ ਥੋੜੀ ਮਰੋੜ ਆਈ ਹੈ ਗਿੱਟੇ ਨੂੰ ਨੌਜਵਾਨ ਦੇ ਜਾਣਾ ਉੱਠ ਖੜ ਏਦਾਂ ਦੀਆਂ ਰਗੜਾਂ ਰੁਗੜਾਂ ਤਾਂ ਲਾਗੇ ਜਾਂਦੀਆਂ ਨੇ ਅਗਲਾ ਮੈਚ ਤੁਹਾਡੇ ਸਾਹਮਣੇ ਭਾਈ ਰੂਪਾ ਤੇ ਕੱਕੜਵਾਲ ਇਹਨਾਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਈ ਰੂਪਾ ਤੇ ਕੱਕੜਵਾਲ ਪੰਡਤਾਂ ਦਾ ਮੁੰਡਾ ਸ਼ਹਿਰ ਦਾ ਦੀਪਕ ਪੰਡਤ ਜਿਹੜੀ ਧਰਤੀ ਦਾ ਕਹਿੰਦੇ ਪ੍ਰੇਮ ਮੱਲ ਸਾਡੇ ਬਜ਼ੁਰਗਾਂ ਦੇ ਵੇਲੇ ਤਕੜਾ ਮੱਲ ਹੋਇਆ ਕਿਹੜਾ ਕਾਹਾ ਕਹਿੰਦੇ ਖੂਹ ਦੇ ਵਿੱਚ ਫਸ ਗਿਆ ਸਾਰੇ ਪਿੰਡ ਨੇ ਜ਼ੋਰ ਲਾਇਆ ਕਾਹਾ ਖੂਹ ਚੋਂ ਨਹੀਂ ਨਿਕਲਿਆ ਪਰ ਇਕੱਲੇ ਪ੍ਰੇਮ ਮੱਲ ਨੇ ਕਾਹਾ ਖੂਹ ਚੋਂ ਕੱਢ ਲਿਆ ਸੀ ਫਿਰ ਉਸ ਤੋਂ ਬਾਅਦ ਮਹਾਰਾਜੇ ਪਟਿਆਲੇ ਦੇ ਮੱਲ ਨੂੰ ਟਾਇਆ ਉਹ ਧਰਤੀ ਦਾ ਦੀਪਕ ਪੰਡਤ ਸ਼ਾਹੜ ਵਾਲਾ ਅੱਜ ਬੱਲੇ ਬੱਲੇ ਕਰਵਾਉਂਦਾ ਮੇਰੇ ਵੀਰੋ ਅਗੜਾ ਦੀਪਕ ਦੇ ਕਬਜ਼ੇ ਦੇ ਵਿੱਚ ਆਉਂਦਾ ਹੋਇਆ ਚਲੋ ਜਾਣਾ ਪਾ ਕਬੱਡੀ ਕਾਲਾ ਕਬੱਡੀ ਪਾਉਂਦਾ ਉਧਰ ਦੂਰੀ ਧੂਰੇ ਵਾਲਾ ਜਿੱਥੇ ਦੀ ਆਵਾਜ਼ ਸੁਣਦਾ ਹੈ ਪੰਨਰੇੜੀ ਵਾਲੇ ਖਿਡਾਰੀ ਨੂੰ ਉਡੀਕਦਾ ਗੱਡੀ ਕੋਲ ਚਲਾ ਜਾਵੇ ਕੋਈ ਨਾ ਉਧਰ ਦੇਖਦੇ ਵੀ ਇਸ ਸਮੇਂ ਲੱਗਦਾ ਜੱਫਾ ਧਿਆਨ ਨਾਲ ਮੇਰੇ ਵੀਰੋ ਝਨੇੜੀ ਵਾਲਾ ਸ਼ਾਨਦਾਰ ਜੱਫਾ ਲਾ ਗਿਆ ਉਧਰੋਂ ਅਗਲੀ ਕਬੱਡੀ ਹਰਿੰਦਰ ਸੰਧੂ ਤੱਕ ਦੇ ਵੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਇੱਕ ਕੰਨੀ ਤੇ ਰੋਟੀ ਵਾਲ ਦੀ ਧਰਤੀ ਦਾ ਜੱਸੀ ਆ ਤੇ ਨਾਲ ਨਸੀਬ ਆ ਤਿਆਰ ਹੋ ਜਾਣ ਇਸ ਸਮੇਂ ਸਾਡੇ ਗੁਰਬੀਰ ਝਨੇੜੀ ਆਸਟ੍ਰੇਲੀਆ ਉਹਨਾਂ ਵੱਲੋਂ ਝਨੇੜੀ ਲਈ 100 ਰੁਪਏ ਦੇ ਮਾਨ ਜਿਹੜੇ ਵਸੇਤ ਉੱਤੇ ਫੜਾ ਦਿਓ ਜੀ ਤੇ ਨਾਲ ਸਾਡੇ ਗੁਰਲਾਲ ਫੱਗੂ ਵਾਲੇ ਵੱਲੋਂ ਫੜਾ ਦਿਓ ਝਨੇੜੀ ਵਾਲਿਆਂ ਨੂੰ ਜਿਹੜਾ ਆਹ ਨੰਬਰ ਲਊਗਾ ਹਰਪ੍ਰੀਤ ਸੰਧੂ ਜੀ ਇੱਕ ਬੇਨਤੀ ਆ ਕਲੱਬ ਵੱਲੋਂ ਕਿ ਕੋਈ ਵੀ ਵੀਰ ਪੈਸੇ ਵਿੱਚ ਨਹੀਂ ਦੇਣ ਜਾਵੇਗਾ ਕੋਈ ਵੀ ਗਰਾਊਂਡ ਦੇ ਵਿੱਚ ਨਹੀਂ ਜਾਵੇਗਾ ਜਿਹਨੇ ਪੈਸੇ ਦੇਣ ਇੱਧਰ ਆ ਜਾਓ ਕਲੱਬ ਵੱਲੋਂ ਬੇਨਤੀ ਆ ਕਿ ਜਿਨ੍ਹਾਂ ਨੇ ਪੈਸੇ ਦੇਣੇ ਨੇ ਸਾਹਮਣੇ ਸਬੰਧ ਬੈਠਾ ਉੱਥੇ ਵਗ ਜਾਓ ਇੱਕ ਪਾਸੇ ਸ਼ਿਮਾ ਝਨੇੜੀ ਵਾਲਾ ਤੁਹਾਡੇ ਸਾਹਮਣੇ ਹੀ ਅਫਲ ਆ ਗਿਆ ਦਰਸ਼ਕ ਵੀਰ ਲਲਕਣਾ ਤੇ ਤਾੜੀ ਮਾਰਦੇ ਨੇ ਦਰਸ਼ਕ ਵੀਰੋ ਜੇ ਮੈਚ ਦਾ ਸਵਾਦ ਆਉਂਦਾ ਆਪਣੇ ਇਲਾਕੇ ਦੀਆਂ ਟੀਮਾਂ ਨੇ ਇੱਕ ਲਲਕੜਾ ਤੇ ਤਾੜੀ ਮਾਰ ਕੇ ਦੱਸ ਦਿਓ ਕਿ ਇਹਨਾਂ ਬੱਬਰ ਸ਼ੇਰਾਂ 'ਚ ਵੀ ਜ਼ੋਰ ਓਨਾ ਹੀ ਹੈ ਇਹਨਾਂ ਬੱਬਰ ਸ਼ੇਰਾਂ 'ਚ ਵੀ ਜ਼ੋਰ ਓਨਾ ਹੀ ਹੈ ਇਹ ਕਿਹੜੀ ਗੱਲੋਂ ਘੱਟ ਨੇ ਇਹ ਆਪਣੇ ਇਲਾਕੇ ਦਾ ਮਾਨ ਨੇ ਆਪਣੇ ਮਾਲਵੇ ਦਾ ਮਾਨ ਨੇ ਮੇਰੇ ਵੀਰੋ ਜ਼ਿਲ੍ਹੇ ਸੰਗਰੂਰ ਦਾ ਮਾਨ ਨੇ ਯੁਵਰਾਜ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਇੱਕ ਪਾਸੇ ਨਸੀਬ ਹੈ ਪੰਡਤਾਂ ਦਾ ਮੁੰਡਾ ਪਰਲੀ ਕੰਨੀ ਤੇ ਹਰੀ ਨਿੱਕ ਦੇ ਵਿੱਚ ਲੱਗਿਆ ਹੋਇਆ ਇਹ ਯੁਵਰਾਜ ਝਨੇੜੀ ਵਾਲਾ ਬਾਰਡਰੋਂ ਪਾਰ ਕਰਕੇ ਪੰਡਤ ਨੇ ਅਰਜਨ ਦੇ ਤੀਰ ਵਾਂਗ ਉਂਗਲ ਖੜੀ ਕੀਤੀ ਹੈ ਕਿ ਨੰਬਰ ਮੇਰਾ ਹੋ ਗਿਆ ਚਲੋ ਜਵਾਨਾ ਪਾ ਕਬੱਡੀ ਮੈਂ ਦੇਖਦੇ ਹਾਂ ਅਗਲੀ ਕਬੱਡੀ ਇਸ ਸਮੇਂ ਪਿੰਦਾ ਬਾਦਸ਼ਾਹਪੁਰ ਦੀ ਧਰਤੀ ਦਾ ਕਬੱਡੀ ਪਾਉਂਦਾ ਹੈ ਉਧਰ ਝਨੇੜੀ ਦੀ ਧਰਤੀ ਦੇ ਚਾਰ ਜਾਫੀ ਸਿੰਮੇ ਵਰਗੇ ਹੈ ਹਰਦੀਪ ਦਿਓਲ ਕਹਿੰਦੇ ਵੀ ਵੇਲੜੇ ਦੀ ਧਰਤੀ ਦਾ ਜਿਹਦੇ ਕਹਿੰਦੇ ਵੀ ਡੀ ਏ ਵੀ ਕਲੱਬ ਕੈਲੇਫੋਰਨ ਦੀਆਂ ਜਲੰਧਰ ਮਾਰ ਕਰਦੀ ਹੈ ਮੇਰੇ ਵੀਰੋ ਉਸ ਅਕੈਡਮੀ ਦਾ ਸੁਪਰ ਜਾਫੀ ਇਸ ਸਮੇਂ ਦੇਖਦੇ ਵੀ ਹਰਦੀਪ ਤਾਉ ਤੋਗਾ ਵਾਲੀ ਦਾ ਚੇਤਾ ਖਿਡਾਰੀ ਹੈ ਮੇਰੇ ਵੀਰੋ ਪੈਂਦੇ ਬਾਦਸ਼ਾਹਪੁਰ ਵਾਲੇ ਨੂੰ ਖੇਡ ਮੈਦਾਨ ਵਿੱਚ ਸ਼ਾਨਦਾਰ ਜਫਾ ਲਾ ਗਿਆ ਹੈ ਇਹ ਹੈ ਹਰਦੀਪ ਦਿਓਲ ਮੇਰੇ ਵੀਰੋ ਚੱਲ ਵੀ ਸੰਧੂਆ ਪਾ ਕਬੱਡੀ ਕਿ ਬੇਸੰਧੂਆ ਤੇਰੀ ਬੋਤਲ ਵਿੱਚੋਂ ਦਾਰੂ ਪੀਤੀ ਲੱਗਦੀ ਹੈ ਇਹ ਤਾਂ ਸਦਾ ਸਰੂਰ ਹੀ ਰਹਿੰਦਾ ਸੋਹਣਿਓ ਉਹ ਜਿਹਦੇ ਤੇ ਰਹਿਮਤ ਰੱਬ ਦੀ ਹੈ ਸੋ ਮੁਕਾਬਲਾ ਸਮਾਪਤ ਹੋ ਗਿਆ ਝਨੇੜੀ ਦੀ ਟੀਮ ਇਹ ਮੁਕਾਬਲਾ ਜਿੱਤ ਚੁੱਕੀ ਹੈ ਭਗਤਾ ਭਾਈਕਾ ਤੇ ਕੱਕੜਵਾਲ ਇਹਨਾਂ ਟੀਮਾਂ ਦੇ ਵਿਚਕਾਰ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ ਉਸ ਤੋਂ ਅੱਗੇ ਕਾਲੀਆ ਤੇ ਦੁਤਾਲ ਦੀਆਂ ਟੀਮਾਂ ਦੇ ਵਿਚਕਾਰ ਪੂਰਾ ਖੰਡਾ ਖੜਕਣਾ ਹੈ ਪੂਰਾ ਖੰਡਾ ਖੜਕਣਾ ਹੈ ਆ ਝਨੇੜੀ ਵਾਸਤੇ ਜਿਨ੍ਹਾਂ ਨੇ ਪੈਸੇ ਬੁਲਾਏ ਸੀਗੇ ਆ ਗੁਰਸਿੱਖ ਆ ਰਿਹਾ ਇਹਨੂੰ ਫੜਾ ਦਿਓ ਜੀ ਪੈਸੇ ਆਉਂਦਾ ਸੋ ਤੁਹਾਡੇ ਸਾਹਮਣੇ ਅਗਲਾ ਮੈਚ ਭਾਈ ਰੂਪਾ ਤੇ ਕੱਕੜਵਾਲ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ ਕੰਤੀ ਵਰਗੇ ਬਾਖੇਡ ਕਬੱਡੀ ਦੇ ਮਹਾਨ ਜਾਫੀ ਪਿੱਥੋਂ ਵਾਲਾ ਸ਼ੀਰਾ ਬਾਖੇਡ ਕਬੱਡੀ ਦਾ ਮਹਾਨ ਜਾਫੀ ਨਰਵੈਰ ਘੋਨੀ ਵਰਗੇ ਬਾਖੇਡ ਕਬੱਡੀ ਦੇ ਮਹਾਨ ਧਾਵੀ ਸ਼ੀਰਾ ਬਾਲਿਓ ਵਾਲ ਦੀ ਧਰਤੀ ਦਾ ਉਹ ਤੋਂ ਪੁੱਛ ਲਓ ਉਹ ਤੋਂ ਪੁੱਛ ਲਓ
ਲੈਵੀ ਗਰਾਊਂਡ ਜਿਹੜਾ ਵਿਹਲਾ ਕਰਦੇ ਹੋ ਕੱਕੜਵਾਲ ਨਾਲ ਮੁਕਾਬਲਾ ਹੈ ਤੁਹਾਡੇ ਸਾਹਮਣੇ ਪੂਰਾ ਤਕੜਾ ਮੈਚ ਖੇਡਿਆ ਜਾਣਾ ਹੈ ਇੱਕ ਪਾਸੇ ਕਹਿੰਦੇ ਨੇ ਸ਼ੀਰਾ ਵਾਲਿਓ ਵਾਲੀ ਵਾਲਾ ਕਬੱਡੀਆਂ ਪਾਊਗਾ ਪਰਸੋਂ ਦੇ 15 ਤਰੀਕ ਦੇ ਇਹ ਭੈਣੀ ਮਹਿਰਾਜ ਦੇ ਕਬੱਡੀ ਕੱਪ ਦਾ ਬੈਟਰੇਟ ਰਹਿ ਕਹਿੰਦੇ ਜ਼ਿਲ੍ਹਾ ਬਠਿੰਡਾ ਮੁੰਡੇ ਦਾ ਪਿੱਥੋਂ ਵਾਲੇ ਸ਼ੀਰੇ ਦੇ ਪਿੰਡ ਨਾਲ ਯੂ ਲੱਗਦੀ ਹੈ ਮੁੰਡੇ ਦੀ ਪਿੱਥੋਂ ਵਾਲੇ ਸ਼ੀਰੇ ਦੇ ਪਿੰਡ ਨਾਲ ਯੂ ਲੱਗਦੀ ਹੈ ਤੇ ਦੂਜੇ ਪਾਸੇ ਪਿੱਥੋਂ ਵਾਲਾ ਸ਼ੀਰਾ ਵੀ ਅੱਜ ਪੂਰੀ ਤਿਆਰੀ ਦੇ ਵਿੱਚ ਆ ਗਿਆ ਮੈਂ ਪਹਿਲਾਂ ਦੱਸਿਆ ਕਿ ਜਦੋਂ ਇੰਗਲੈਂਡ ਦੀ ਧਰਤੀ ਤੋਂ ਆ ਕੈਨੇਡਾ ਦੀ ਧਰਤੀ ਤੋਂ ਬੱਬਰ ਸ਼ੇਰ ਪੰਜਾਬ ਪਰਤਿਆ ਤਾਂ ਸਭ ਤੋਂ ਪਹਿਲਾ ਟੂਰਨਾਮੈਂਟ ਖੇਡਣ ਲਈ ਆ ਸੀਜ਼ਨ ਦਾ 25 ਜਨਵਰੀ ਨੂੰ ਬਾਈ ਕਿਰਨਜੀਤ ਸਿੰਘ ਮਿੰਟੂ ਸਰਪੰਚ ਬੀਲੇ ਵਾਲਿਆਂ ਦੇ ਪਿੰਡ ਪੁੱਜਿਆ ਮੇਰੇ ਵੀਰੋ ਅਕੈਡਮੀਆਂ ਦੇ ਮੈਚਾਂ ਨੇ ਜਿੱਥੇ ਬੱਲੇ ਬੱਲੇ ਕਰਵਾਈ ਅੱਜ ਫਿਰ ਬਾਲੀਆਂ ਦੀ ਧਰਤੀ ਤੇ ਇਸ ਨੌਜਵਾਨ ਨੇ ਬੱਲੇ ਬੱਲੇ ਕਰਵਾਉਣੀ ਹੈ ਉਹ ਆ ਗਿਆ ਸਕੂਟਰ ਵਾਲਾ ਮਾਗਰ ਬੈਠਾ ਹਾਰ ਪਾਈ ਤਾੜੀ ਮਾਰ ਦੋ ਕਹਿੰਦੇ ਇੱਥੇ ਆਇਆ ਨੀ ਮੈਂ ਕਿਹਾ ਠੇਕੇ ਗਿਆ ਹੋਊਗਾ ਤੇ ਸਾਹਮਣੇ ਵੇਖਦੇ ਹਾਂ ਵਾਕਈ ਪੈਕ ਲੈ ਕੇ ਆਇਆ ਹੋਇਆ ਮੇਲਾ ਦਾ ਤਾੜੀ ਮਾਰ ਦੇ ਦਿਨਾਂ ਤੇ ਇਹਨੂੰ ਸਕੂਟਰ ਨਿਕਲਿਆ ਪੈਂਟ ਵਾਲੇ ਆਪਣਾ ਨਾਮ ਲੈ ਲੈਣ ਇਹ ਕਹਿੰਦਾ ਮੈਨੂੰ ਸੰਗ ਲੱਗਦੀ ਸੀ ਸੰਧੂਆ ਗਰਾਊਂਡ 'ਚ ਆਉਂਦੇ ਇਹਨੂੰ ਹੁਣ ਪਊਆ ਲਾ ਕੇ ਸੰਗ ਤਾਰ ਕੇ ਆਇਆ ਸੋ ਤਾੜੀ ਮਾਰ ਦੋ ਇਹਨੂੰ ਸਕੂਟਰ ਨਿਕਲਿਆ ਹੈ ਸਾਹਮਣੇ ਤੱਕ ਰਿਹਾ ਇੱਕ ਪਾਸੇ ਮੇਰੇ ਵੀਰੋ ਇਸ ਵਕਤ ਉੜੂ ਉੜੂ ਕਰਦੀ ਜਵਾਨੀ ਕੱਕੜਵਾਲ ਦੀ ਧਰਤੀ ਦਾ ਅਮਰੀਕ ਕੱਕੜਵਾਲੀਏ ਦਾ ਗਰਾਈਆ ਮੁੰਡਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਬਈਬਾ ਬੱਲੇ ਬੱਲੇ ਹੋ ਗਈ ਮਿੱਤਰੋ ਲੱਕ ਨੂੰ ਨਾਗ ਬਲੇ ਮਾਂ ਅੱਜ ਵੇਖਾਂਗੇ ਗੱਲ ਕਿੱਦਾਂ ਦੀ ਹੋਣੀ ਹੈ ਉਹ ਟਾਈਮ ਦੱਸੂ ਮੇਰੇ ਵੀਰੋ ਉਹ ਸਮਾਂ ਦੱਸੂਗਾ ਮੁਕਾਬਲਾ ਜਿਹੜਾ ਪੂਰਾ ਸਖ਼ਤ ਹੈ ਨੰਬਰ 22 ਰੁਪਏ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਬਾਈ ਬਬਲੂ ਯੂਐਸਏ ਵਾਲਾ ਦਲੇਰ ਨਾਗਰਾ ਯੂਐਸਏ ਵਾਲਾ ਬਾਈ ਸੀਪਾ ਯੂਐਸਏ ਵਾਲਾ ਬਾਈ ਤੀਰਥ ਬੋਦਲ ਯੂਐਸਏ ਵਾਲਾ ਬਾਈ ਸੁਭਾਸ ਮਹਿਤਾ ਯੂਐਸਏ ਵਾਲੇ ਤੇ ਨਾਲੇ ਬਾਈ ਮੇਰੇ ਵੀਰੋ ਕੀਪਾ ਟਾਂਡਾ ਯੂਐਸਏ ਵਾਲੇ ਸ਼ੀਨਾ ਬਾਈ ਯੂਐਸਏ ਤੋਂ ਤੇ ਨਾਲੇ ਮੇਰੇ ਵੀਰੋ ਅੱਜ ਸਾਡਾ ਗੋਲਡੀ ਸਿੱਧੂ ਯੂਐਸਏ ਤੋਂ ਇਸ ਮਾਰਕੀਟ ਕਬੱਡੀ ਦੇ ਮਹਾਕਮ ਨੂੰ ਲਾਈਵ ਤੱਕਦੇ ਨੇ ਗੁਰਦੀਪ ਮੇਰੇ ਵੀਰੋ ਅਪਸੇ ਤੌਰ ਤੇ ਯੂਐਸਏ ਵਾਲਾ ਉਹ ਵੀ ਤੱਕ ਰਿਹਾ ਕਿ ਕੱਕੜਵਾਲ ਦੀ ਧਰਤੀ ਦਾ ਆ ਮੁੰਡਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਇੱਕ ਪਾਸੇ ਵੇਖਾਂਗੇ ਸ਼ੀਰਿਆ ਦਰਸ਼ਕ ਕਹਿੰਦੇ ਨੇ ਕਿ ਤੇਰਾ ਜ਼ੋਰ ਵੇਖਣਾ ਆ ਮੁੰਡਾ ਕੰਤ ਹੈ ਇੱਕ ਪਾਸੇ ਕੰਤ ਭਾਈ ਰੂਪੇ ਦਾ ਤੇ ਦੂਜੇ ਪਾਸੇ ਕੱਕੜ ਵਾਲੀਆ ਬੱਬਰ ਸ਼ੇਰ ਹੈ ਗੱਲ ਕੀ ਹੋਣੀ ਹੈ ਟਾਈਮ ਦੱਸੂਗਾ ਅੰਕ ਭਾਈ ਰੂਪੇ ਦੀ ਟੀਮ ਦੇ ਕਬਜ਼ੇ ਹੁੰਦਾ ਹੋਇਆ ਨਰਵੈਰ ਕੋਨੀ ਰਾਣੀਆਂ ਦੀ ਧਰਤੀ ਦਾ ਬੱਬਰ ਸ਼ੇਰ ਕੈਨੇਡਾ ਦੀ ਧਰਤੀ ਦੇ ਅੱਡੋ ਅੱਡ ਕਲੱਬਾਂ ਦੇ ਲਈ ਖੇਡਿਆ ਉੜੂ ਉੜੂ ਕਰਦੀ ਜਵਾਨੀ ਹੈ ਇੱਕ ਪਾਸੇ ਸਿੱਖ ਸਰਦਾਰ ਕੱਕੜਵਾਲ ਦੀ ਧਰਤੀ ਦੇ ਚਾਰ ਜਾਫੀ ਹੈ ਇੱਕ ਪਾਸੇ ਨਰਵੈਰ ਕੋਨੀ ਰਾਣੀਆਂ ਵਾਲਾ ਤੇ ਦੂਜੇ ਪਾਸੇ ਤੱਕਦਿਆਂ ਕਿ ਸੋਨੀ ਦੇ ਨਾਲ ਮੁਕਾਬਲਾ ਪੂਰਾ ਤਕੜਾ ਹੈ ਹੰਦੇ ਕੀਤੇ ਹੋਏ ਦੂਰ ਹੈ ਸਮਾਂ ਬੀਤਦਾ ਹੋਇਆ ਬੱਲੇ ਬੱਲੇ ਹੋ ਗਈ ਮਿੱਤਰੋ ਮਾਰ ਦੋ ਲਲਕਰਾ ਦਰਸ਼ਕ ਵੀਰਿਓ ਮਾਰ ਦੋ ਲਲਕਰਾ ਇਹ ਆ ਨਜ਼ਾਰਾ ਅੱਜ ਬਾਲੀਆਂ ਦੇ ਕਬੱਡੀ ਕੱਪ ਦਾ ਕੇਵਲ ਪ੍ਰਧਾਨ ਕਹਿੰਦਾ ਸੀ ਨਜ਼ਾਰਾ ਨੀ ਆਉਂਦਾ ਹੁਣ ਆਉਂਦਾ ਹਾਂ ਹੈਲੋ ਹਾਂਜੀ ਉੱਧਰ ਸਾਡਾ ਵੀਰ ਗੁਰਮੀਤ ਝਨੇੜੀ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜਿਆ ਹੋਇਆ ਫੋਨ ਦੇ ਜ਼ਰੀਏ ਉਹਦੇ ਵੱਲੋਂ ਝਨੇੜੀ ਦੀ ਟੀਮ ਦੇ ਜਿੰਨੇ ਪੁਆਇੰਟ ਸੀ ਉਹਨੇ ਮਾਇਆ ਦੇ ਗੱਫੇ ਗੁਰਮੀਤ ਸਿੰਘ ਝਨੇੜੀ ਵਾਲੇ ਆਸਟ੍ਰੇਲੀਆ ਵਾਲਿਆ ਤੇਰੀ ਟੀਮ ਨੂੰ ਦੇ ਦਿੱਤੇ ਗਏ ਆ ਧੰਨਵਾਦ ਹੈ ਸਾਡਾ ਵੀਰ ਗੁਰਮੀਤ ਝਨੇੜੀ ਆਸਟ੍ਰੇਲੀਆ ਵਾਲਾ ਫੋਨ ਦੇ ਜ਼ਰੀਏ ਸਾਡੇ ਵੀਰਾਂ ਨਾਲ ਜੁੜਿਆ ਹੈ ਥੈਂਕ ਯੂ ਤੱਕ ਰਿਹਾ ਕਿ ਸ਼ੀਰਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਬਾਲਿਆਂ ਵਾਲੀ ਦੀ ਧਰਤੀ ਹੈ ਕਹਿੰਦੇ ਪਿੱਥੋਂ ਵਾਲੇ ਸ਼ੀਰੇ ਦੇ ਪਿੰਡ ਨਾਲ ਜੂ ਲੱਗਦੀ ਹੈ ਆਹ ਮੁੰਡੇ ਦੀ ਇੱਕ ਪਾਸੇ ਧੂਰੀ ਦਾ ਏਰੀਆ ਪਿੰਡ ਕੱਕੜਵਾਲ ਹੈ ਅਮਰੀਕ ਪ੍ਰਧਾਨ ਦਾ ਪਿੰਡ ਹੈ ਤੇ ਦੂਜੇ ਪਾਸੇ ਸ਼ੀਰਾ ਵਾਲਿਓ ਵਾਲੀ ਦੀ ਧਰਤੀ ਦਾ ਜ਼ਿਲ੍ਹੇ ਬਠਿੰਡੇ ਦਾ ਕਿ ਬਠਿੰਡੇ ਵਾਲੇ ਰਾਫਲਾਂ ਰੱਖਣ ਦੇ ਸ਼ੌਂਕੀ ਕਾਹਦੀ ਬੱਸ ਤੋਂ ਉੱਤਰ ਗਈ ਤੂੰ ਨੀ ਬਠਿੰਡਾ ਵੀ ਕਾਨੇਰ ਹੋ ਗਿਆ ਸ਼ੀਰਿਆ ਦਰਸ਼ਕਾਂ ਦੀ ਮੰਗ ਹੈ ਕਿ ਇੱਕ ਜੱਫਾ ਲਾ ਕਿਉਂਕਿ ਮੈਚ ਦੀਆਂ ਥੋੜੀਆਂ ਰੇਟਾਂ ਬਾਕੀ ਹੈ ਤੇਰੇ ਜੱਫੇ ਤੇ ਲਲਕਦੇ ਤਾੜੀਆਂ ਮਾਰਨੀਆਂ ਨੇ ਦਰਸ਼ਕਾਂ ਦੀ ਮੰਗ ਹੈ ਪਿੱਥੋਂ ਵਾਲੇ ਸ਼ੀਰਿਆ ਇੱਕ ਪਾਸੇ ਪਿੱਥੋਂ ਦਾ ਸ਼ੀਰਾ ਦਰਸ਼ਕ ਵੀਰੋ ਮਾਰੋ ਤਾੜੀਆਂ ਗੱਲ ਕੀ ਹੋਣੀ ਹੈ ਟਾਈਮ ਦੱਸੂਗਾ ਇੱਕ ਪਾਸੇ ਆਹ ਮੁੰਡਾ ਕਹਿੰਦੇ ਨੇ ਕੱਕੜਵਾਲ ਦੀ ਧਰਤੀ ਹੈ ਧੂਰੀ ਦਾ ਏਰੀਆ ਤੇ ਦੂਜੇ ਪਾਸੇ ਪਿੱਥੋਂ ਦਾ ਸ਼ੀਰਾ ਪਰ ਆਂਕੜਾ ਪੈਰ ਬਾਰਡਰੋਂ ਪਾਰ ਹੋਣ ਕਰਕੇ ਪਿੱਥੋਂ ਵਾਲੇ ਸ਼ੀਰੇ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਹਾਸ ਵਰਨਿਆ
ਲਓ ਵੇਖਦੇ ਵੀ ਇਸ ਸਮੇਂ ਨਰਵਾਇਰ ਸਿੰਘ ਕੋਨੀ ਰਾਣੀਆਂ ਵਾਲੀ ਦੀ ਧਰਤੀ ਦਾ ਕਬੱਡੀ ਪਾਉਂਦਾ ਮੇਰੇ ਵੀਰੋ ਕਹਿੰਦੇ ਵੀ ਬਾਲ ਦੇ ਵਿੱਚ ਨਾ ਚੱਲਦਾ ਗੱਭਰੂ ਦਾ ਖੰਡਾ ਖਣਵਾਇਆ ਨੌਜਵਾਨ ਨੇ ਖੱਬੇ ਡੋਲ ਦੇ ਉੱਪਰ ਇਸ ਸਮੇਂ ਕੋਨੀ ਰਾਣੀਆਂ ਵਾਲਾ ਆਪਣੀ ਟੀਮ ਲਈ ਸ਼ਾਨਦਾਰ ਅੰਕ ਦਾ ਵਾਧਾ ਕਰਦਾ ਹੈ ਇਹ ਨੌਜਵਾਨ ਕਿਹਨੇ ਜੀ ਇਸ ਸਮੇਂ ਇੰਦਰਜੀਤ ਸਿੰਘ ਕਬੱਡੀ ਪਾ ਰਿਹਾ ਹੈ ਤੇ ਉੱਧਰ ਚਾਰ ਖਿਡਾਰੀਆਂ ਦੇ ਵਿੱਚੋਂ ਪਿੱਥੋਂ ਵਾਲਾ ਸ਼ੀਰਾ ਹੈ ਨਾਲ ਜਸਵੰਤ ਹੈ ਮੇਰੇ ਵੀਰੋ ਭਾਈ ਰੂਪੇ ਵਾਲਾ ਪਰ ਅੰਕ ਕਹਿੰਦੇ ਵੀ ਡਬਲ ਟੱਚ ਦਾ ਨਹੀਂ ਕਸ਼ਮੀਰਾ ਕਹਿੰਦਾ ਕਿ ਪੁਆਇੰਟ ਜਿਹੜਾ ਯਾਫੀਆਂ ਦੇ ਵਾਸਤੇ ਆ ਲੈ ਵੀ ਕਰਨ ਲੈ ਫਿਰ ਲਾ ਜਫਾ ਕਰਨ ਇੱਕ ਪਾਸੇ ਪਰਲੀ ਕਰਨੀ ਤੇ ਉਰਲੇ ਪਾਸੇ ਸਿੱਖ ਸਰਦਾਰ ਦੋਨੋਂ ਪਰ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ ਹੈ ਇਸ ਮੁਕਾਬਲੇ ਚੋਂ ਨੋਟ ਕਰਿਓ ਜੀ ਭਾਈ ਰੂਪੇ ਦੀ ਟੀਮ ਜੇਤੂ ਰਹੀ ਹੈ ਹਾਂਜੀ ਪ੍ਰਧਾਨ ਸਾਹਿਬ ਇਹ ਆ ਸਾਡਾ ਕੇਵਲ ਪ੍ਰਧਾਨ ਕਹਿੰਦਾ ਕਿ ਸਾਡੇ ਕਲੱਬ ਦੇ ਵੱਲੋਂ ਸਮੁੱਚੇ ਦਰਸ਼ਕਾਂ ਦਾ ਸਤਿਵਾ ਧੰਨਵਾਦ ਕਰਦੇ ਜੋ ਸਾਡੇ ਇਸ ਕਬੱਡੀ ਕੱਪ ਦੇ ਪੁੱਜੇ ਨੇ ਕੇਵਲ ਪ੍ਰਧਾਨ ਯੂਥ ਅਕਾਲੀ ਦਲ ਦਾ ਸਰਕਲ ਪ੍ਰਧਾਨ ਵੀ ਹੈ ਸਾਡਾ ਵੀਰ ਬੜੇ ਨਿੱਘੇ ਸੁਭਾਅ ਦਾ ਮਾਲਕ ਹੈ ਸਾਡੀ ਜ਼ਿੰਦਗੀ ਦਾ ਮਾਣ ਦਰਸ਼ਕ ਵੀਰਿਓ ਤੁਹਾਨੂੰ ਜੀਏ ਨੂੰ ਆਖਣ ਲਈ ਗਰਾਊਂਡ ਦੇ ਵਿੱਚ ਆਇਆ ਜਿਹਨਾਂ ਨੇ ਸਾਡੇ ਇਸ ਕਬੱਡੀ ਕੱਪ ਦੀ ਦੌੜਕ ਨੂੰ ਵਧਾਇਆ ਸੰਤ ਬਾਬਾ ਸੁੰਦਰ ਦਾ ਯੂਥ ਸਪੋਰਟਸ ਕਲੱਬ ਦੇ ਵੱਲੋਂ ਸਮੁੱਚੇ ਨਗਰ ਵੱਲੋਂ ਤੁਹਾਨੂੰ ਜੀਏ ਨੂੰ ਆਖਣ ਲਈ ਗਰਾਊਂਡ ਦੇ ਵਿੱਚ ਪੁੱਜਿਆ ਬਿੱਟੂ ਘੱਗੇ ਵਾਲਾ ਮੇਰੇ ਕੋਲ ਆ ਜਾਏ ਆਪਣਾ ਸਨਮਾਨ ਲੈ ਲਾ ਬਿੱਟੂ ਘੱਗੇ ਵਾਲੇ ਦਾ ਸਨਮਾਨ ਕੀਤਾ ਜਾਣਾ ਤੇ ਨਾਲ ਇੰਦਰਜੀਤ ਆ ਜਾਓ ਵੀ ਕੱਕੜ ਵਾਲੀ ਆ ਇਹਨਾਂ ਖਿਡਾਰੀਆਂ ਦੇ ਸਨਮਾਨ ਕਰਦੇ ਆ ਇੰਦਰਜੀਤ ਤੇ ਬਿੱਟੂ ਘੱਗੇ ਵਾਲਾ ਲੈ ਵੀ ਪੂਰਾ ਖੰਡਾ ਖੜਕੂਗਾ ਆ ਮੁਕਾਬਲੇ ਦਾ ਸਲੇਡਿਆ ਕੈਮ ਹੋ ਨਹੀਂ ਫਿਰ ਪਰਲੇ ਪਾਸੇ ਕਾਲੀਏ ਦੇ ਕੁਲਵੀਰ ਨੇ ਤੇ ਕਮਲ ਨੇ ਖੜਨਾ ਨਾਲ ਸੁਖਪਾਲ ਨੇ ਖੜਨਾ ਲੈ ਵੀ ਪੁੱਠੀ ਦਾ ਮਹਾਰਾ ਹਰਜੀਤ ਮੱਖਣ ਸਤੌਜ ਵਾਲਾ ਕੌਡੀ ਪਾਊਗਾ ਮੱਖਣ ਸਤੌਜ ਵਾਲਾ ਫਿਰ ਗੱਲ ਕਮਾਲ ਦੀ ਕਰਨੀ ਪੈਣੀ ਹੈ ਉਹ ਟਾਈਮ ਦੱਸੂਗਾ ਉਹ ਸਮਾਂ ਦੱਸੂਗਾ ਕਿ ਕਿਹੜੀ ਟੀਮ ਨੇ ਜਿੱਤਣਾ ਪਾਲੀ ਬੋਪਰੀਆ ਛੋਟਾ ਪਾਲੀ ਕਹਿੰਦੇ ਨੇ ਪ੍ਰਵੀਨ ਹੈ ਬੋਪਰੀਆ ਕਬੱਡੀ ਪਾਊ ਮੇਰੇ ਵੀਰਿਓ ਗੱਲ ਕਿੱਦਾਂ ਦੀ ਹੋਣੀ ਹੈ ਉੱਧਰ ਸਾਡੇ ਰਜਿੰਦਰਾ ਐਗਰੋ ਇੰਡਸਟਰੀ ਵਾਲੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਆ ਜਿਹਨਾਂ ਦਾ ਇਸ ਕਬੱਡੀ ਕੱਪ ਦੇ ਲਈ 11,000 ਰੁਪਏ ਦਾ ਵੱਡਾ ਸਹਿਯੋਗ ਹੈ ਤੇ ਨਾਲ ਜਗਜੀਵਨ ਸਿੰਘ ਜੀ ਸਾਡੇ ਗੁਰਜੀਵਨ ਸਿੰਘ ਜੀ ਰੰਧਾਵਾ ਕਾਬਦਾ ਵਾਲੇ ਉਹਨਾਂ ਵੱਲੋਂ ਵੀ